ਸਤਿ ਸ਼੍ਰੀ ਅਕਾਲ ਜੀ, ਮੈਂ ਰੂਪ ਇੱਕ ਵਾਰ ਫਿਰ ਲੈ ਕੇ ਆਇਆ ਤੁਹਾਡੇ ਲਈ ਤੁਹਾਡੀ ਕਹਾਣੀ, ਤੁਹਾਡੀ ਜ਼ਬਾਨੀ, ਤੁਹਾਡੀਆਂ ਆਪਣੀਆਂ ਕਹਾਣੀਆਂ, ਆਪਣੇ ਐਕਸਪੀਰੀਅੰਸ, ਆਪਣੀ ਜ਼ਿੰਦਗੀ ਦੇ ਤਜਰਬੇ ਜਿਹੜੇ ਕਿ ਅਸੀਂ ਇਸ ਕਹਾਣੀ ਦੇ ਵਿੱਚ ਸਾਰਿਆਂ ਤੱਕ ਲਿਆਉਣਾ ਚਾਹੁੰਦੇ ਹਾਂ। ਅਤੇ ਇਹ ਆਪਣੇ ਆਪਣੇ ਤੁਸੀਂ ਖਿਆਲ, ਆਪਣੇ ਆਪਣੇ ਜੀਵਨ 'ਚ ਜੋ ਆਪਾਂ ਜੀਵਨ ਜੀ ਰਹੇ ਹਾਂ, ਜੋ ਐਕਸਪੀਰੀਅੰਸਿਸ ਕੀਤੇ ਆ, ਉਹ ਵੀ ਆਪਾਂ ਦੱਸਣਾ ਚਾਹਵਾਂਗੇ, ਤੁਹਾਡੇ ਮੂੰਹੋਂ ਸੁਣਨਾ ਚਾਹਵਾਂਗੇ। ਅਸੀਂ ਆਪਣੇ ਐਕਸਪੀਰੀਅੰਸ ਵੀ ਦੱਸਾਂਗੇ, ਆਪਣੇ ਨਾਲ ਨਾਲ ਅਸੀਂ ਤੁਹਾਡੇ ਐਕਸਪੀਰੀਅੰਸ ਵੀ ਜਾਣਨਾ ਚਾਹਵਾਂਗੇ, ਤਾਂ ਕਿ ਆਪਾਂ ਇਹ ਜਿਹੜੀ ਜ਼ਿੰਦਗੀ ਜੀ ਰਹੇ ਹਾਂ, ਇਹਦੇ ਜਿਉਂਦੇ ਜੀ ਜੋ ਆਪਾਂ ਜਿਉਂਦੇ ਜਿਉਂਦੇ ਜੋ ਆਪਾਂ ਐਕਸਪੀਰੀਅੰਸ ਕਰਦੇ ਹਾਂ, ਉਹ ਜੇ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰੀਏ ਤਾਂ ਉਹਦੇ ਨਾਲ ਆਪਾਂ ਨੂੰ ਕਾਫੀ ਜ਼ਿਆਦਾ ਹੈਲਪ ਮਿਲਦੀ ਆ, ਆਪਾਂ ਬਹੁਤ ਕੁਝ ਸਿੱਖਦੇ ਹਾਂ। ਕਈ ਵਾਰੀ ਜੋ ਇੱਕ ਜਾਣੇ ਦੇ ਕੋਲ ਗੁਣ ਹੁੰਦਾ ਆ, ਜੇ ਕਹਿੰਦੇ ਉਹ ਇੱਕ ਦੂਸਰੇ ਨੂੰ ਗੁਣ ਦੇ ਦਿੱਤਾ ਜਾਵੇ ਨਾ, ਤਾਂ ਉਹਦੇ ਨਾਲ ਆਪਣਾ ਕੁਝ ਘਟਦਾ ਨਹੀਂ ਆ, ਤਾਂ ਕਿ ਉਹਦੇ ਨਾਲ ਬਾਕੀਆਂ ਦਾ ਵੀ ਫਾਇਦਾ ਹੁੰਦਾ ਅਤੇ ਆਪਣਾ ਖੁਦ ਦਾ ਵੀ ਫਾਇਦਾ ਹੁੰਦਾ। ਇਹਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਆਪਾਂ ਇੱਕ ਨਵੀਂ ਕਹਾਣੀ ਵੱਲ ਅੱਜ ਚੱਲਣਾ ਆ। ਜਿੱਦਾਂ ਕਿ ਪਹਿਲੀਆਂ ਤਿੰਨ ਕਹਾਣੀਆਂ ਅਸੀਂ ਤੁਹਾਨੂੰ ਦੱਸੀਆਂ ਸੀ, ਉਹਦੇ ਬਾਅਦ ਦੇ ਵਿੱਚ ਅਸੀਂ ਲਾਈਵ ਸ਼ੋਅ ਕੀਤਾ, ਜਿਹੜੀ ਲਾਈਵ ਸ਼ੋਅ ਦੇ ਵਿੱਚ ਆਪਾਂ ਕੋਲਸ ਲਈਆਂ, ਤੁਹਾਡੇ ਕੋਲੋਂ ਤੁਹਾਡੇ ਵਿਚਾਰ ਜਾਣੇ ਅਤੇ ਆਪਣੇ ਵਿਚਾਰ ਤੁਹਾਨੂੰ ਦੱਸੇ, ਅਤੇ ਜਿਹੜੀਆਂ ਤਿੰਨ ਕਹਾਣੀਆਂ ਉਹ ਬਿਲਕੁਲ ਵੱਖਰੀਆਂ ਕਹਾਣੀਆਂ ਸੀਗੀਆਂ। ਅਤੇ ਇਹ ਜਿਹੜੀ ਕਹਾਣੀ ਲੈ ਕੇ ਆਏ ਹਾਂ, ਇਹ ਉਹਦੇ ਨਾਲੋਂ ਬਿਲਕੁਲ ਹੀ ਵੱਖਰੀ ਕਹਾਣੀ ਆ। ਇੱਥੋਂ ਕਿ ਪਹਿਲੋਂ ਆਪਾਂ ਸ਼ੋਅ ਦੇ ਅੱਗੇ ਵਧੀਏ, ਮੈਂ ਕਿਰਨ ਦਾ ਸਵਾਗਤ ਕਰ ਲਾਂ। ਸਤਿ ਸ਼੍ਰੀ ਅਕਾਲ ਕਿਰਨ। ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜਿਹੜੇ ਇਸ ਵੇਲੇ ਸਾਨੂੰ ਦੇਖ ਰਹੇ ਆ। ਪਹਿਲੀ ਗੱਲ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਇਸ ਸ਼ੋਅ ਨੂੰ ਪਿਆਰ ਦੇ ਰਹੇ ਆ, ਤਾਂ ਅਤੇ ਸਾਨੂੰ ਇਸ ਗੱਲ ਤੋਂ ਹੌਸਲਾ ਮਿਲਦਾ ਕਿ ਆਪਾਂ ਸ਼ੋਅ ਨੂੰ ਅੱਗੇ ਲੈ ਕੇ ਜਾਈਏ। ਬਿਲਕੁਲ ਸਹੀ ਹੈ ਕਿਰਨ, ਕਿ ਕਾਫੀ ਆਪਾਂ ਨੂੰ ਪੋਜ਼ਿਟਿਵ ਸੁਣਨ ਨੂੰ ਮਿਲਿਆ ਸ਼ੋਅ, ਕਾਫੀ ਲੋਕਾਂ ਨੇ ਪਸੰਦ ਕੀਤਾ, ਕਿਉਂਕਿ ਜੋ ਇਹਦੇ ਵਿੱਚ ਚੱਲ ਰਿਹਾ ਆ ਉਹ ਉਹਦੇ ਵਿੱਚੋਂ ਕਾਫੀ ਕੁਝ ਸਿੱਖਣ ਨੂੰ ਵੀ ਮਿਲ ਗਿਆ। ਜ਼ਰੂਰ, ਆਪਾਂ ਘਰ ਬੈਠੇ ਕਹਿ ਦਿੰਦੇ ਆ ਕਿ ਸਾਡਾ ਦੁੱਖ ਸਭ ਤੋਂ ਵੱਡਾ, ਹਾਂਜੀ, ਤੇ ਸਾਡੇ ਜਿੰਨਾ ਕੋਈ ਸੁਖੀ ਨਹੀਂ ਆ, ਹਾਂਜੀ, ਪਰ ਜਦੋਂ ਆਪਾਂ ਆਪਣੇ ਤੋਂ ਬਾਹਰ ਦੇਖਦੇ ਆ ਤੇ ਦੇਖੀਏ ਤੇ ਆਪਣੇ ਤੋਂ ਕਾਫੀ ਦੁਨੀਆ ਵਿੱਚ ਕਾਫੀ ਕੁਝ ਚੱਲਦਾ ਪਿਆ ਆ, ਕਾਫੀ ਲੋਕੀ ਦੁਖੀ ਆਪਣੇ ਤੋਂ ਜ਼ਿਆਦਾ ਦੁਖੀ ਬੈਠੇ ਆ ਤੇ ਆਪਣੇ ਤੋਂ ਜ਼ਿਆਦਾ ਖੁਸ਼ ਵੀ ਬੈਠੇ ਆ, ਹਾਂਜੀ, ਤੇ ਜਦੋਂ ਤੁਸੀਂ ਦੇਖਦੇ ਕਿ ਉਹ ਇੰਨਾ ਦੁੱਖ ਅੰਦਰ ਲੁਕੋ ਕੇ ਆਪਣੇ, ਫੇਰ ਵੀ ਮੂੰਹ ਦੇ ਉੱਤੇ ਵੱਡਾ ਸਾਰਾ ਸਮਾਈਲ ਲਿਆ ਕੇ ਖੁਸ਼ ਹੋ ਕੇ ਬਾਕੀਆਂ ਨੂੰ ਵੀ ਖੁਸ਼ ਕਰਦੇ ਆ, ਤੇ ਉਹ ਜਿਹੜਾ ਐਕਸਪੀਰੀਅੰਸ ਤੁਸੀਂ ਕਰਦੇ ਆ, ਤੁਸੀਂ ਦੇਖਦੇ ਆ ਤੇ ਤੁਹਾਨੂੰ ਇੱਕ ਪੋਜ਼ਿਟਿਵ ਵਾਈਬਸ ਮਿਲਦੀਆਂ। ਹਾਂਜੀ ਜ਼ਰੂਰ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ। ਹਾਂਜੀ, ਤੇ ਇਹਦੇ ਨਾਲ ਕਿਰਨ ਨੇ ਜੇ ਦੇਖੀ ਕਿ ਵੈਸੇ ਤਾਂ ਕਾਫੀ ਲੋਕਾਂ ਦੇ ਨਾਲ ਇਹੋ ਹੋ ਚੁੱਕਾ ਆ ਕਿ ਕਹਿੰਦੇ ਕਈਆਂ ਦੇ ਜਦੋਂ ਆਪਾਂ ਬਚਪਨ ਦੇ ਵਿੱਚ ਹੁੰਨੇ ਆ, ਹਰ ਬੱਚੇ ਨੂੰ ਹੁੰਦਾ ਕਿ ਸਾਡਾ ਮਾਂ ਵੀ ਹੋਵੇ ਸਾਡਾ ਬਾਪ ਵੀ ਹੋਵੇ, ਹਾਂਜੀ, ਦੋਨੋਂ ਹੋਣ ਤੇ ਦੋਨਾਂ ਦਾ ਪਿਆਰ ਮਿਲੇ। ਹਾਂਜੀ, ਪਰ ਕਈ ਵਾਰੀ ਉਹ ਕਹਿੰਦੇ ਹੁੰਦੇ ਜੋ ਉੱਪਰ ਵਾਲੇ ਦੇ ਹੱਥ ਵਸਿਆ ਉਹੋ ਹੀ ਹੋਣਾ, ਜੋ ਉਹਨੇ ਚਾਹੁਣਾ ਉਹੋ ਹੀ ਹੋਣਾ, ਤੇ ਆਪਾਂ ਜੋ ਚਾਹੁੰਦੇ ਹਾਂ ਉਹ ਸਾਰਾ ਕੁਛ ਆਪਣੇ ਕਹੇ ਮੁਤਾਬਕ ਜਾਂ ਆਪਣੇ ਸੋਚਣ ਦੇ ਮੁਤਾਬਕ ਨਹੀਂ ਚੱਲਦਾ। ਹਾਂਜੀ, ਤੇ ਜਦੋਂ ਛੋਟੇ ਹੁੰਦਿਆਂ ਦੇ ਆਪਣੇ ਮਾਂ ਬਾਪ ਉਹ ਵੀ ਇੱਕ ਦੂਜੇ ਤੋਂ ਇੱਕਦਮ ਛੇਤੀ ਵਿਛੜ ਜਾਣ, ਪਹਿਲੋਂ ਇੱਕ ਚੱਲ ਜਾਵੇ ਤੇ ਨਾਲ ਹੀ ਦੂਸਰਾ ਚੱਲ ਜਾਵੇ, ਤੇ ਛੋਟੇ ਬੱਚਿਆਂ ਲਈ ਉਹ ਜ਼ਿੰਦਗੀ ਜਿਹੜੀ ਉਹ ਕੱਢਣੀ ਬਹੁਤ ਔਖੀ ਹੁੰਦੀ ਆ, ਚਾਹੇ ਜਿੰਨਾ ਮਰਜ਼ੀ ਆਪਣੇ ਬਾਬਾ ਦਾਦੀ, ਆਪਣੇ ਮਾਮੇ ਮਾਮੀਆਂ, ਆਪਣੇ ਕਹਿੰਦੇ ਉਹਦੇ ਭੂਆ ਫੁੱਫੜ, ਕਾਫੀ ਰਿਸ਼ਤੇ ਹੁੰਦੇ ਆ, ਹਾਂਜੀ, ਉਹ ਚਾਹੇ ਆਪਣੇ ਖੁਦ ਦੇ ਮਾਂ ਬਾਪ ਦੇ ਨਾਲੋਂ ਜ਼ਿਆਦਾ ਆਪਣਾ ਪਿਆਰ ਕਰਦੇ ਹੋਣ, ਪਰ ਉਹ ਜਿਹੜੀ ਇੱਕ ਥੋੜੀ ਜਿਹੀ ਆਪਣੇ ਅੰਦਰ ਸੋਚ ਰਹਿ ਜਾਂਦੀ ਨਾ, ਜਿਹੜੀ ਕਹਿੰਦੇ ਤਰੇੜ ਰਹਿ ਜਾਂਦੀ ਆ, ਉਹ ਜਿਹੜੀ ਅੰਦਰ ਕਹਿ ਸਕਦੇ ਆਪਾਂ ਕਿ ਗੈਪ ਰਹਿ ਜਾਂਦਾ ਆ, ਉਹ ਜਿਹੜਾ ਫੀਲ ਕਰਨਾ ਜਗ੍ਹਾ ਉਹ ਕਦੇ ਵੀ ਨਹੀਂ ਕੋਈ ਪੜ ਸਕਦਾ। ਭਾਵੇਂ ਆਪਾਂ ਦੇਖੀਏ ਇਦਾਂ ਦੀ ਕਾਫੀ ਕਹਾਣੀਆਂ ਹੈਗੀ ਜਦੋਂ ਛੋਟੇ ਹੁੰਦੇ ਤੇ ਕਿਸੇ ਦੇ ਮਾਂ ਪਿਓ ਗੁਜ਼ਰ ਗਏ, ਤੇ ਜੇ ਆਪਾਂ ਦੇਖੀਏ ਕਿ ਕਈ ਫੈਮਿਲੀਜ਼ ਦੇ ਵਿੱਚ ਇਹ ਵੀ ਹੋਇਆ ਕਿ ਦੂਜੇ ਫੈਮਿਲੀ ਮੈਂਬਰਸ ਨੇ ਚੰਗੀ ਤਰ੍ਹਾਂ ਹੋ ਕੇ ਜ਼ਿੰਮੇਦਾਰੀ ਉਸ ਬੱਚੇ ਦੀ ਚੁੱਕੀ ਆ, ਪਰ ਜੇ ਆਪਾਂ ਦੇਖੀਏ ਕਿ ਜਿਹੜਾ ਮਾਂ ਪਿਓ ਦਾ ਜਗ੍ਹਾ ਹੁੰਦਾ ਕੋਈ ਵੀ ਨਹੀਂ ਪੜ ਸਕਦਾ, ਜੋ ਮਰਜ਼ੀ ਕੋਈ ਕਰ ਲਵੇ, ਪਰ ਬੱਚੇ ਲਈ ਮਾਂ ਪਿਓ ਤਾਂ ਮਾਂ ਪਿਓ ਹੀ ਰਹੋਗੇ, ਕੋਈ ਇਹਦੇ ਲਈ ਕੋਈ ਸ਼ਬਦ ਨਹੀਂ ਹੈਗੀ, ਨਾ ਆਪਾਂ ਸ਼ਬਦਾਂ ਦੇ ਵਿੱਚ ਸਮਝਾ ਸਕਦੇ ਆ ਲੋਕਾਂ ਨੂੰ ਕੀ ਕਿੱਦਾਂ ਉਹ ਜਗ੍ਹਾ ਕੋਈ ਪੜ ਸਕਦਾ ਹੈ। ਆਪਾਂ ਜੇ ਦੇਖੀਏ ਤੇ ਮਾਂ ਤੇ ਬਾਪ, ਮਾਂ ਬਾਪ ਜਿਹੜੇ ਆ ਨਾ ਉਹ ਹੀ ਨਹੀਂ ਇੱਕ ਦੂਜੇ ਦੀ ਜਗ੍ਹਾ ਭਰ ਸਕਦੇ, ਕਿਉਂਕਿ ਜੋ ਪਿਓ ਆ, ਜੋ ਪਿਓ ਦਾ ਪਿਆਰ ਆ ਉਹ ਮਾਂ ਚਾਹੇ ਲੱਖ ਕੋਸ਼ਿਸ਼ ਕਰ ਲਵੇ ਉਹ ਜਗ੍ਹਾ ਨਹੀਂ ਭਰ ਸਕਦੀ, ਤੇ ਜੋ ਮਾਂ ਦਾ ਪਿਆਰ ਆ, ਜੋ ਮਾਂ ਨੇ ਬੱਚੇ ਲਈ ਕਰਨਾ ਆ ਉਹ ਬਾਪ ਨਹੀਂ ਕਰ ਸਕਦਾ। ਹਾਂਜੀ ਬਿਲਕੁਲ, ਇਹ ਵੀ ਬਹੁਤ ਸੋਚਣ ਵਾਲੀ ਗੱਲ ਆ। ਕਈ ਵਾਰੀ ਦੇਖਿਆ ਕਿ ਲੇਡੀਜ਼ ਆ, ਉਹਨਾਂ ਦੇ ਹਸਬੈਂਡ ਚਾਹੇ ਐਕਸਪਾਇਰ ਹੋ ਗਏ ਜਾਂ ਉਹਦਾ ਸੈਪਰੇਸ਼ਨ ਹੋ ਗਈ ਆ, ਤੇ ਉਹਨਾਂ ਦੀ ਪੂਰੀ 100% ਕੋਸ਼ਿਸ਼ ਹੁੰਦੀ ਕਿ ਸਾਡੇ ਬੱਚੇ ਨੂੰ ਕੋਈ ਵੀ ਤਕਲੀਫ ਨਾ ਹੋਵੇ,
ਅਸੀਂ ਹਰ ਹਰ ਜਿਹੜੀ ਉਹਦੀ ਰੀਝ ਆ ਹਰ ਚੀਜ਼ ਅਸੀਂ ਪੂਰੀ ਕਰੀਏ ਕਿ ਉਹਨੂੰ ਆਪਣੇ ਬਾਪ ਦੀ ਜਿਹੜੀ ਕਮੀ ਆ ਉਹ ਮਹਿਸੂਸ ਨਾ ਹੋਵੇ ਪਰ ਕਿਤੇ ਨਾ ਕਿਤੇ ਥੋੜੀ ਜਿਹੀ ਉਹ ਥੋੜ ਰਹਿ ਹੀ ਜਾਂਦੀ ਆ ਬਿਲਕੁਲ 100% ਉਹ ਜਿਹੜੀ ਆ ਉਹ ਜਿਹੜੀ ਕਦੀ ਭਰਦੀ ਨਹੀਂ ਜੋ ਤੁਹਾਨੂੰ ਸਿੱਖਣ ਤੋਂ ਮਤਲਬ ਤੁਹਾਡੇ ਪਿਓ ਤੋਂ ਤੁਹਾਡੀ ਮਾਂ ਨਹੀਂ ਸਿਖਾ ਸਕਦੀ ਜੋ ਤੁਹਾਨੂੰ ਸਿੱਖਣ ਨੂੰ ਮਤਲਬ ਤੁਹਾਡੇ ਮਾਂ ਤੋਂ ਤੁਹਾਡਾ ਕਦੇ ਵੀ ਪਿਓ ਨਹੀਂ ਕਦੇ ਸਮਝਾ ਸਕਦਾ ਇਹ ਜੋ ਤੁਹਾਨੂੰ ਦੋਨਾਂ ਤੋਂ ਸਿੱਖਿਆ ਮਿਲਦੀ ਹੈ ਦੋਵੇਂ ਵੱਖਰੇ ਹੀ ਹੁੰਦੇ ਆ ਇਹ ਕਦੇ ਕੋਈ ਇੱਕ ਦੂਜੇ ਨੂੰ ਕਦੇ ਕਿਸੇ ਲਈ ਸਮਝਾ ਨਹੀਂ ਸਕਦਾ ਬਿਲਕੁਲ ਸਹੀ ਹੈ ਜਿੱਦਾਂ ਕਿ ਹੁਣ ਆਪਾਂ ਕਹੀਏ ਆਪਣੇ ਭੈਣ ਭਰਾ ਹਾਂਜੀ ਨਾਲ ਦੇ ਜੰਮੇ ਆਪਾਂ ਕਹਿੰਦੇ ਨੇ ਸਿਬਲਿੰਗਸ ਹਾਂਜੀ ਜੋ ਸਿਬਲਿੰਗਸ ਆ ਉਹਨਾਂ ਦੇ ਨਾਲ ਜੋ ਤੁਸੀਂ ਲੜਾਈ ਝਗੜਾ ਕਰਦੇ ਆ ਜਾਂ ਤੁਸੀਂ ਹੱਸਦੇ ਖੇਡਦੇ ਆ ਤੁਸੀਂ ਆਪਣੀਆਂ ਪ੍ਰੋਬਲਮ ਸ਼ੇਅਰ ਕਰਦੇ ਆ ਤੁਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਆ ਉਹ ਜਿਹੜਾ ਇਕੱਲਾ ਬੱਚਾ ਹੁੰਦਾ ਆ ਉਹਦੇ ਵਿੱਚ ਤੇ ਜਿਹਦੇ ਆਪਣੇ ਭੈਣ ਭਰਾ ਹੁੰਦੇ ਉਹਨਾਂ 'ਚ ਬਹੁਤ ਫਰਕ ਹੁੰਦਾ ਤੁਸੀਂ ਹਮੇਸ਼ਾ ਦੇਖੋਗੇ ਕਿ ਜਿਹੜਾ ਬੱਚਾ ਇੱਕ ਹੀ ਆ ਜਿੱਦਾਂ ਇਕੱਲਾ ਇਕੱਲਾ ਬੱਚਾ ਆ ਕਿਸੇ ਦਾ ਤੇ ਉਹਦੇ ਕੋਈ ਭੈਣ ਭਰਾ ਨਹੀਂ ਹੈਗਾ ਉਹ ਹਮੇਸ਼ਾ ਕੋਈ ਨਾ ਕੋਈ ਉਹਦੇ ਅੰਦਰ ਕਮੀ ਰਹਿ ਜਾਂਦੀ ਆ ਹਾਂਜੀ ਹਾਂਜੀ ਉਹ ਕਮੀ ਇਹ ਰਹਿ ਜਾਂਦੀ ਕਿ ਉਹ ਇਕੱਲਾਪਨ ਜਿਹੜਾ ਆ ਹਾਂਜੀ ਬਿਲਕੁਲ ਉਹਦੇ ਅੰਦਰ ਹਮੇਸ਼ਾ ਰਹਿੰਦਾ ਆ ਹਾਂਜੀ ਕਿਉਂਕਿ ਜਦੋਂ ਬੱਚਾ ਹੁੰਦਾ ਪਰਿਵਾਰ ਦੇ ਵਿੱਚ ਉਹਦੇ ਨਾਲ ਕੋਈ ਨਾ ਕੋਈ ਉਸ ਉਮਰ ਦਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੀਆਂ ਗੱਲਾਂ ਸ਼ੇਅਰ ਕਰਨ ਜੋ ਭੈਣ ਭਰਾ ਜਾਂ ਭੈਣ ਭੈਣਾਂ ਦਾ ਜਾਂ ਭਰਾਵਾਂ ਭਰਾਵਾਂ ਦਾ ਰਿਸ਼ਤਾ ਹੁੰਦਾ ਹੋਰ ਹੁੰਦਾ ਕਿਉਂਕਿ ਉਹ ਆਪਸ ਵਿੱਚ ਗੱਲਾਂ ਸ਼ੇਅਰ ਕਰ ਸਕਦੇ ਜਿਹੜੀ ਤੁਹਾਡੀ ਪੇਰੈਂਟਸ ਦੀ ਲੈਵਲ ਹੁੰਦੀ ਉਹ ਹੋਰ ਹੁੰਦੀ ਤੇ ਜਿਹੜੀ ਤੁਹਾਡੀ ਭੈਣ ਭਰਾ ਦੀ ਲੈਵਲ ਹੁੰਦੀ ਉਹ ਹੋਰ ਹੁੰਦੀ ਆ ਬੇਸ਼ੱਕ ਤੁਹਾਡੇ ਜਿੰਨੇ ਮਰਜ਼ੀ ਕਜ਼ਨ ਹੋਣ ਚਾਹੇ ਤੁਹਾਡੇ ਜਿੰਨੇ ਮਰਜ਼ੀ ਕਹਿੰਦੇ ਹੁੰਦੇ ਆ ਫਰੈਂਡਸ ਹੋਣ ਪਰ ਉਹ ਜਿਹੜੀ ਸਖੇ ਭੈਣ ਭਰਾ ਦੀ ਕਮੀ ਆ ਉਹ ਕੋਈ ਪੂਰੀ ਨਹੀਂ ਕਰ ਸਕਦਾ ਮੈਨੂੰ ਨਹੀਂ ਪਤਾ ਤੁਸੀਂ ਕਿੰਨੀ ਇਸ ਗੱਲ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ ਪਰ ਇਹ ਇੱਕ ਜਿਹੜੀ ਸੱਚਾਈ ਆ ਇਹ ਸੱਚਾਈ ਆ ਕਿ ਜਿਹੜੇ ਆਪਣਾ ਭੈਣ ਭਰਾ ਆਪਣੇ ਨਾਲ ਆ ਉਹ ਕੋਈ ਦੂਜਾ ਚਾਹੇ ਲੱਖ ਚਾਹੇ ਛੇਤੀ ਨਹੀਂ ਬਣ ਸਕਦਾ ਕਿਉਂਕਿ ਜੇ ਬਣੇ ਵੀ ਤੇ ਆਪਾਂ ਨੂੰ ਇਦਾਂ ਮਹਿਸੂਸ ਹੋਈ ਜਾਣਾ ਕਿ ਨਹੀਂ ਇਹ ਜਿਹੜਾ ਇਕੱਲਾਪਨ ਆ ਇਹ ਸਿਰਫ ਆਪਾਂ ਹੀ ਮਹਿਸੂਸ ਕਰ ਸਕਦੇ ਹਾਂ ਕੋਈ ਦੂਸਰਾ ਨਹੀਂ ਕਰ ਸਕਦਾ ਤੇ ਇਹਦੇ ਨਾਲ ਨਾਲ ਇਹ ਵੀ ਮੈਂ ਕਹਿਣਾ ਚਾਹੂੰਗੀ ਕਿ ਉਹਦੇ ਜਿਹੜੇ ਇਕੱਲਾਪਨ ਆ ਕਿਤੇ ਨਾ ਕਿਤੇ ਤੁਹਾਨੂੰ ਥੋੜਾ ਜਿਹਾ ਡਿਪਰੈਸ਼ਨ ਵੱਲ ਵੀ ਲੈ ਜਾਂਦਾ ਬਿਲਕੁਲ ਤੇ ਇਸ ਗੱਲ ਤੋਂ ਜਾਣ ਤੋਂ ਪਹਿਲਾਂ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਕੋਈ ਬੱਚਾ ਹੁੰਦਾ ਆ ਜਿਹੜਾ ਅੱਜ ਦਾ ਟਾਈਮ ਆ ਕਿਸੇ ਹੋਰ ਵਿੱਚ ਆਪਣਾ ਭੈਣ ਭਰਾ ਜਾਂ ਭੈਣਾ ਭੈਣ ਕੋਈ ਰਿਸ਼ਤਾ ਕੱਢਣ ਦਾ ਬਹੁਤ ਔਖਾ ਹੁੰਦਾ ਕਿਉਂਕਿ ਅੱਜ ਦੇ ਦਿਨ ਵਿੱਚ ਜੋ ਸੈਲਫਿਸ਼ਨੈਸ ਗਰੀਡ ਜੋ ਅੱਜ ਆਇਆ ਆ ਅੱਜ ਦੇ ਦਿਨ ਸਾਡੀ ਸੁਸਾਇਟੀ ਦੇ ਵਿੱਚ ਅਤੇ ਲੋਕਾਂ ਦੇ ਮਨਾਂ ਵਿੱਚ ਬਹੁਤ ਔਖਾ ਹੁੰਦਾ ਕਿ ਤੁਸੀਂ ਭਰੋਸੇਮੰਦ ਰਿਸ਼ਤੇ ਬਣਾਉਣ ਨੂੰ ਅਤੇ ਜੇ ਆਪਾਂ ਜਾਈਏ ਡਿਪਰੈਸ਼ਨ ਵੱਲ ਬਿਲਕੁਲ ਕਿਉਂਕਿ ਜਦੋਂ ਬੱਚਾ ਇਕੱਲਾ ਹੁੰਦਾ ਅਤੇ ਉਹਨਾਂ ਦੇ ਆਸ ਪਾਸ ਕੋਈ ਹੁੰਦਾ ਹੀ ਨਹੀਂ ਖੇਡਣ ਲਈ ਅਤੇ ਬਹੁਤ ਔਖਾ ਹੁੰਦਾ ਬੱਚਾ ਆਪ ਅੰਦਰੋਂ ਅੰਦਰੋਂ ਥੱਲੇ ਨੂੰ ਹੋਈ ਜਾਂਦਾ ਹੁੰਦਾ ਆ ਬਿਲਕੁਲ ਸਹੀ ਹੈ ਕਿਰਨ ਤੇ ਉਹ ਜਿਹੜਾ ਨਾ ਚਾਹੁੰਦਿਆਂ ਚਾਹੁੰਦਿਆਂ ਵੀ ਜਿਹੜਾ ਇਕੱਲਾ ਪਾਨਿਆ ਉਹ ਕਿਤੇ ਨਾ ਕਿਤੇ ਉਹਨੂੰ ਡਿਪਰੈਸ਼ਨ ਵੱਲ ਲੈ ਜਾਂਦਾ ਤੇ ਉਸ ਬੱਚੇ ਦੇ ਵਿੱਚ ਥੋੜਾ ਜਿਹਾ ਓਸੀਡੀ ਦਾ ਵੀ ਹੁੰਦਾ ਹੈ ਹਾਂਜੀ ਬਿਲਕੁਲ ਹੁੰਦਾ ਕਿ ਨਹੀਂ ਹੁੰਦਾ 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 ਉਹਦੇ ਵਿੱਚ ਥੋੜਾ ਬਤ ਉਹ ਵੀ ਫਰਕ ਹੋ ਜਾਂਦਾ ਮੈਂ ਇਹ ਨੋਟਿਸ ਕੀਤੀ ਆ ਕਿ ਜਦੋਂ ਕੋਈ ਇਕੱਲਾ ਬੱਚਾ ਹੁੰਦਾ ਤੇ ਲੈਟਸ ਸੇ ਕੋਈ ਹੋਰ ਕਿਸੇ ਘਰ ਤੋਂ ਕੋਈ ਆਉਂਦਾ ਆ ਤੇ ਲੈ ਸੇ ਉਹ ਖੇਡਣ ਨਾਲ ਖੇਡਣ ਲੱਗ ਜਾਂਦੇ ਥੋੜਾ ਖਿਲਾੜਾ ਪੈ ਜਾਂਦਾ ਹੈ ਉਹਨਾਂ ਨੂੰ ਇਦਾਂ ਫੀਲ ਹੁੰਦਾ ਕਿ ਇਹ ਬੱਚਾ ਇੰਨਾ ਖਿਲਾੜਾ ਕਾਹ ਤੋਂ ਪਾਉਣ ਡਿਆ ਉੱਥੇ ਰੱਖ ਜਾ ਇਦਾਂ ਹੁੰਦਾ ਥੋੜਾ ਬਹੁਤ ਕਿਉਂਕਿ ਉਹ ਬੱਚਾ ਜਿਹੜਾ ਇਕੱਲਾ ਆ ਉਹ ਥੋੜਾ ਡਿਸਿਪਲਿਨ ਚ ਰਿਹਾ ਹੁੰਦਾ ਤੇ ਉਹ ਸਿਰਫ ਮਾਂ ਜਾਂ ਪੇ ਆ ਚਾਹੇ ਦੋਨਾਂ ਦਾ ਇਕੱਲਾ ਬੱਚਾ ਚਾਹੇ ਇਕੱਲੀ ਮਾਂ ਦਾ ਆ ਚਾਹੇ ਇਕੱਲੇ ਬਾਪ ਦਾ ਜਿਹੜਾ ਇਕੱਲਾ ਬੱਚਾ ਆ ਉਹਦੇ ਇਦਾਂ ਹੈ ਕਿ ਉਹਦੇ ਤੇ ਧਿਆਨ ਜ਼ਿਆਦਾ ਦਿੱਤਾ ਜਾਂਦਾ ਕਿ ਉਹਨੂੰ ਦੁਨੀਆ ਦੀ ਹਰੇਕ ਚੀਜ਼ ਦਿੱਤੀ ਜਾਵੇ ਤੇ ਉਹਨੂੰ ਜਿਹੜੀ ਆ ਕਹਿੰਦੇ ਖਿਆਲ ਜਿਹੜਾ ਉਹਦਾ ਮਾਂ ਬਾਪ ਸਿਰਫ ਉਹਨਾਂ ਕੋਲ ਉਹੀ ਹੁੰਦਾ ਤੇ ਉਹਨਾਂ ਲਈ ਉਹ ਇੱਕ ਬਹੁਤ ਜ਼ਿਆਦਾ ਪ੍ਰੀਸ਼ੀਅਸ ਹੁੰਦਾ ਹੈ ਤੇ ਉਹ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਤੇ ਇਹ ਅਸੀਂ ਸਾਰਾ ਕੁਝ ਇਹਨੂੰ ਦੇ ਦਈਏ ਤੇ ਜਦੋਂ ਬੱਚੇ ਕਿਸੇ ਦੇ ਦੋ ਹੋਣ ਜਾਂ ਜ਼ਿਆਦਾ ਹੋਣ ਉਹ ਫਿਰ ਪਿਆਰ ਵੰਡਿਆ ਜਾਂਦਾ ਮਾਂ ਬਾਪ ਦਾ ਪਿਆਰ ਉਹੀ ਹੁੰਦਾ ਪਰ ਵੰਡਿਆ ਜਾਂਦਾ ਇਹਦੇ ਨਾਲ ਨਾਲ ਆਪਾਂ ਕਹਾਣੀ ਵੱਲ ਵਧੀਏ ਤੇ ਕਿਰਨ ਆਪਣੇ ਨਾਲ ਅੱਜ ਕਾਲ ਤੇ ਜੁੜਨਗੇ ਉਹਨਾਂ ਦਾ ਨਾਮ ਆ ਸੁਖਵਿੰਦਰ ਕੌਰ ਹਾਂਜੀ ਤੇ ਉਹਨਾਂ ਨੂੰ ਆਪਾਂ ਕਾਲ ਤੇ ਲਵਾਂਗੇ ਤੇ ਸੁਣਾਂਗੇ ਅੱਜ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਤੇ ਦੇਖਦੇ ਆ ਕਿ ਕੀ ਆ ਸਟੋਰੀ ਸਾਨੂੰ ਵੀ ਨਹੀਂ ਪਤਾ ਅਸੀਂ ਵੀ ਸਟ੍ਰੈਚ ਤੋਂ ਸੁਣਨੀ ਆ ਹਾਂਜੀ ਤੇ ਉਹਨਾਂ ਦੀ ਕਾਲ ਲੈਨੇ ਆਪਾਂ ਜਾਂਦੇ ਆ ਕਾਲ ਵੱਲ ਮੇਰੇ ਖਿਆਲ ਨਾਲ ਕਾਲ ਕਨੈਕਟ ਨਹੀਂ ਹੋਈ ਕੋਈ ਟੈਕਨੀਕਲ ਪ੍ਰੋਬਲਮ ਹੋ ਰਿਹਾ ਹਾਂਜੀ ਜੇ ਆਪਾਂ ਗੱਲ ਕਰੀਏ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹਾਂਜੀ ਅਸੀਂ ਠੀਕ ਠਾਕ ਆ ਤੁਸੀਂ ਦੱਸੋ ਕਿੱਦਾਂ ਠੀਕ ਠਾਕ ਹੋ ਠੀਕ ਠਾਕ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਤੇ ਕੀ ਟੀਵੀ ਵਾਲਿਆਂ ਨੂੰ ਸਾਰਿਆਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਨੂੰ ਸੁਣ ਕੇ ਬੜੀ ਖੁਸ਼ੀ ਹੁੰਦੀ ਆ ਕਿ ਸਾਡੇ ਪੰਜਾਬੀ ਸਾਡਾ ਪੰਜਾਬੀ ਵਿਰਸਾ
ਸਾਨੂੰ ਮੌਕਾ ਦਿੰਦਾ ਆਮ ਲੋਕਾਂ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਣ ਦਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਕੋਲ ਕਰਕੇ ਆਪਣੀ ਜ਼ਿੰਦਗੀ ਦਾ ਜੋ ਵੀ ਤਜੁਰਬਾ ਜਾਂ ਐਕਸਪੀਰੀਅੰਸ ਜਾਂ ਤੁਹਾਡੀ ਕਹਾਣੀ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ। ਕਿ ਇਹ ਵੀ ਜਿਹੜਾ ਆ ਨਾ ਇਹ ਬਹੁਤ ਵੱਡਾ ਹੌਂਸਲਾ ਚਾਹੀਦਾ ਆ, ਆਪਣੇ ਬਾਰੇ ਗੱਲਬਾਤ ਕਰਨ ਲਈ ਬਹੁਤ ਵੱਡਾ ਹੌਂਸਲਾ ਚਾਹੀਦਾ, ਹਰ ਕੋਈ ਨਹੀਂ ਕਰ ਸਕਦਾ। ਕਹਿੰਦੇ ਤਾਂ ਸਾਰੇ ਹੀ ਆ ਕਿ ਮੈਂ ਉੱਤੋਂ ਦੁਖੀ ਹਾਂ ਤਾਂ ਮੈਂ ਮੇਰੇ ਤੋਂ ਜ਼ਿਆਦਾ ਦੁਖੀ ਕੋਈ ਨਹੀਂ ਆ, ਜਾਂ ਮੇਰੇ ਤੋਂ ਜ਼ਿਆਦਾ ਸੁਖੀ ਕੋਈ ਨਹੀਂ ਆ, ਮੇਰੀ ਕਹਾਣੀ ਵਰਗੀ ਕਿਸੇ ਦੀ ਕਹਾਣੀ ਨਹੀਂ ਆ, ਪਰ ਇਹ ਆ ਕੇ ਸਾਰੀ ਦੁਨੀਆਂ ਦੇ ਮੂਹਰੇ ਦੱਸਣੀ ਇਹ ਵੀ ਬਹੁਤ ਵੱਡਾ ਹੌਂਸਲਾ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਟੂਡੀਓ 'ਚ ਕੋਲ ਕਰਕੇ ਆਪਣੇ ਬਾਰੇ ਦੱਸਣਾ ਚਾਹੁੰਦੇ ਹਾਂ। ਹੁਣ ਆਪਾਂ ਜੇ ਸ਼ੁਰੂ ਕਰੀਏ ਕਿ ਪਹਿਲਾਂ ਤਾਂ ਤੁਸੀਂ ਆਪਣਾ ਪੂਰਾ ਨਾਮ ਸਾਨੂੰ ਦੱਸੋ। ਹਾਂਜੀ, ਮੇਰਾ ਨਾਮ ਸੁਖਵਿੰਦਰ ਕੌਰ ਆ। ਹਾਂਜੀ ਹਾਂਜੀ, ਤੇ ਮੈਂ ਰੰਗਤ ਤੋਂ ਬੋਲ ਰਹੀ। ਹਾਂਜੀ, ਤੇ ਹੁਣ ਆਪਾਂ ਜੇ ਸ਼ੁਰੂ ਤੋਂ ਤੁਹਾਡੇ ਬਚਪਨ ਵੱਲ ਚਲ ਜਾਈਏ ਤੇ ਉੱਥੋਂ ਆਪਾਂ ਕਹਾਣੀ ਸ਼ੁਰੂ ਕਰੀਏ, ਤੇ ਤੁਸੀਂ ਸਾਨੂੰ ਦੱਸੋ ਕਿ ਕਿੱਦਾਂ ਦਾ ਸੀ ਤੁਹਾਡਾ ਬਚਪਨ ਤੇ ਕਿ ਇਹੋ ਜਿਹੇ ਤੁਹਾਡੇ ਐਕਸਪੀਰੀਅੰਸ ਰਹੇ ਉਦੋਂ। ਹਾਂਜੀ, ਤੇ ਬਚਪਨ ਮੇਰਾ ਪੰਜਾਬ ਦੇ ਇੱਕ ਪਿੰਡ ਵਿੱਚ ਹੋਇਆ। ਹਾਂਜੀ, ਤੇ ਉਸ ਤੋਂ ਬਾਅਦ ਬਚਪਨ ਲਾਈਕ ਮੈਂ ਮੇਰੇ ਦੋ ਭਰਾ ਨੇ ਤੇ ਮੈਂ ਮਿਡਲ 'ਚ ਹਾਂ। ਹਾਂਜੀ, ਤੇ ਬਚਪਨ ਤੇ ਬਹੁਤ ਜ਼ਿਆਦਾ ਚੰਗਾ ਸੀਗਾ ਤੇ ਮੇਰੇ ਡੈਡ ਆਰਮੀ ਦੇ ਵਿੱਚ ਡਾਕਟਰ ਸੀਗੇ। ਹਾਂਜੀ, ਤੇ ਫਿਰ ਬਾਅਦ ਵਿੱਚ ਬਚਪਨ ਲਾਈਕ ਮੈਂ ਫਿਰ ਬਚਪਨ ਲਾਈਕ 7 ਸਾਲ ਬਚਪਨ ਵਧੀਆ ਦੇਖਿਆ, ਉਦੋਂ ਤਾਂ ਬੱਚੇ ਯਾਦ ਵੀ ਨਹੀਂ ਹੁੰਦਾ ਕੁਛ। ਹਾਂਜੀ, ਤੇ ਉਸ ਤੋਂ ਬਾਅਦ 7 ਸਾਲ ਦੀ ਉਮਰ ਵਿੱਚ ਮੇਰੇ ਮਾਮੀ ਦੀ ਮੌਤ ਹੋ ਗਈ। ਹਾਂਜੀ, ਤੇ ਫਿਰ ਹਾਂਜੀ ਤੁਹਾਨੂੰ ਪਤਾ ਹੀ ਆ ਮਾਂ ਤੋਂ ਬਿਨਾਂ ਹਾਲ ਖਰਾਬ ਹੁੰਦਾ। ਫਿਰ ਪਰ ਮੈਨੂੰ ਮੇਰੇ ਨਾਨਕੇ ਘਰ ਰਾਜਸਥਾਨ ਵਿੱਚ ਭੇਜ ਦਿੱਤਾ ਗਿਆ। ਅੱਛਾ ਜੀ, ਤੇ ਹਾਂਜੀ ਕਿਉਂਕਿ ਮੈਂ ਕੁੜੀ ਸੀ ਤੇ ਮੇਰਾ ਵੱਡਾ ਭਰਾ ਥੋੜਾ ਵੱਡਾ ਸੀਗਾ ਤੇ ਛੋਟਾ ਮੇਰੇ ਤੋਂ ਛੋਟਾ ਸੀ, ਉਹਨੂੰ ਵੀ ਨਾਲ ਗਿਆ, ਪਰ ਉਹ ਮੇਰੇ ਡੈਡੀ ਤੋਂ ਬਿਨਾਂ ਰਹਿੰਦਾ ਨਹੀਂ ਸੀਗਾ, ਉਹ ਵਾਪਸ ਫਿਰ ਪੰਜਾਬ ਆ ਗਿਆ। ਹਾਂਜੀ, ਤੇ ਹਾਂਜੀ ਫਿਰ ਮੈਂ ਉੱਥੇ 5 ਸਾਲ ਫਿਰ ਉੱਥੇ ਪੜ੍ਹੀ। ਹਾਂਜੀ ਹਾਂਜੀ, ਤੇ ਤੁਸੀਂ ਕਿਹਾ ਤੁਹਾਡੇ ਮੰਮੀ ਜੋ ਤੁਸੀਂ 7 ਸਾਲ ਦੇ ਸੀਗੇ ਉਦੋਂ ਉਹਨਾਂ ਦਾ ਦੇਹਾਂਤ ਹੋ ਗਿਆ, ਤੇ ਕੀ ਕਾਰਨ ਸੀ? ਠੀਕ ਨਹੀਂ ਸੀਗੇ? ਹਾਂਜੀ, ਨਹੀਂ ਬੜੇ ਸੋਹਣੇ ਠੀਕ ਸੀਗੇ, ਕੋਈ ਪ੍ਰੋਬਲਮ ਨਹੀਂ ਹੋਈ। ਮੇਰੇ ਡੈਡ ਲਾਈਕ ਉਹਨਾਂ ਦੇ ਪਤਾ ਨਹੀਂ ਕੋਈ ਗਰਦਨ ਦੇ ਵਿੱਚ ਕੋਈ ਅਚਾਨਕ ਪ੍ਰੋਬਲਮ ਆ ਗਈ, ਮੇਰੇ ਡੈਡੀ ਨੇ ਵੀ ਬਹੁਤ ਇਲਾਜ ਕੀਤਾ। ਹਾਂਜੀ ਹਾਂਜੀ, ਫਿਰ ਉਹਨਾਂ ਨੂੰ ਸ਼ਹਿਰ ਵਿੱਚ ਲੈ ਗਿਆ, ਮੇਰੇ ਡੈਡੀ ਕਹਿੰਦੇ ਹੁਣ ਮੇਰੇ ਵੱਸ ਦੀ ਗੱਲ ਨਹੀਂ ਗੀ, ਤੇ ਉਹਨਾਂ ਨੂੰ ਡਾਕਟਰ ਹੋਸਪਿਟਲ ਦਾਖਲ ਕੀਤਾ ਗਿਆ, ਪਰ ਵੱਸ ਤੋਂ 3 ਦਿਨ ਬਾਅਦ ਉਹਨਾਂ ਦੀ ਅਚਾਨਕ ਮੌਤ ਹੋ ਗਈ। ਅੱਛਾ ਜੀ, ਹਾਂਜੀ ਹਾਂਜੀ, ਤੇ ਉਹ ਤੋਂ ਬਾਅਦ ਫਿਰ ਜੋ ਤੁਸੀਂ ਰਾਜਸਥਾਨ ਗਏ ਆ, ਤੁਹਾਡਾ ਬ੍ਰਦਰ ਵੀ ਨਾਲ ਚਲੇ ਗਏ ਆ, ਛੋਟਾ ਭਰਾ ਤੁਹਾਡਾ ਨਾਲ ਚਲਾ ਗਿਆ ਰਾਜਸਥਾਨ? ਹਾਂਜੀ, ਛੋਟਾ ਭਰਾ ਮੇਰਾ ਰਿਹਾ ਨਹੀਂ, ਉਹ ਵਾਪਸ ਫਿਰ ਪੰਜਾਬ ਆ ਗਿਆ ਕਿਉਂਕਿ ਉਹ ਦਿਲ ਨਹੀਂ ਸੀ ਲਾਉਂਦਾ ਮੇਰੇ ਡੈਡੀ ਤੋਂ ਬਿਨਾਂ। ਅੱਛਾ ਜੀ, ਕਈ ਵਾਰੀ ਹੁੰਦਾ ਕਿ ਕਿਸੇ ਬੱਚੇ ਦਾ ਆਪਣੇ ਜਿੱਦਾਂ ਡੈਡ ਦੇ ਨਾਲ ਜਾਂ ਮਮ ਦੇ ਨਾਲ ਜ਼ਿਆਦਾ ਕਲੋਜ਼ ਹੁੰਦੇ ਆ ਤਾਂ ਤੁਸੀਂ ਨਹੀਂ ਉਹ ਦੂਰ ਨਹੀਂ ਰਹਿ ਸਕਦੇ। ਹਾਂਜੀ, ਜਦੋਂ ਤੁਸੀਂ ਛੋਟੇ ਹੁੰਦੇ ਇੰਨਾ ਪਤਾ ਵੀ ਨਹੀਂ ਹੁੰਦਾ ਤੁਸੀਂ ਜ਼ਿਆਦਾ ਕਲੋਜ਼ ਹੁੰਦੇ ਆ। ਹਾਂਜੀ, ਪਰ ਉਹ ਉਦੋਂ ਜਦੋਂ ਨਾ ਬਚਪਨ ਹੁੰਦਾ ਤੁਹਾਡਾ, ਜਦੋਂ ਤੁਹਾਡੇ ਮਮ ਡੈਡ ਦੀ ਅਚਾਨਕ ਮੌਤ ਹੋ ਜਾਂਦੀ ਹੈ, ਇੱਕ ਤੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਮੌਤ ਕੀ ਚੀਜ਼ ਆ। ਹਾਂਜੀ ਹਾਂ, ਉਹ ਤਾਂ ਜਦੋਂ ਮੇਰੀ ਮਮ ਇੱਦਾਂ, ਮੇਰੇ ਡੈਡ ਡਾਕਟਰ ਸੀਗੇ ਕਿਉਂਕਿ ਉਹਨੀ ਦਿਨੀ ਕਿਹੜਾ ਫੋਨ ਹੁੰਦੇ ਸੀਗੇ ਜਾਂ ਕੋਈ ਲਾਈਕ ਕੰਪਿਊਟਰ ਵਗੈਰਾ ਕੁਛ ਹੁੰਦਾ ਨਹੀਂ ਸੀਗਾ ਸਿਸਟਮ, ਤੇ ਉਹਨੀ ਦਿਨੀ ਪਹਿਲਾਂ ਉਹ ਤਾਰ ਪਾਉਂਦੇ ਹੁੰਦੇ ਸੀਗੇ, ਰਾਜਸਥਾਨ ਤੋਂ ਆਉਣ ਨੂੰ ਵੀ ਇੱਕ ਦਿਨ ਤਾਰ ਪਾਉਣ ਨੂੰ ਲੱਗ ਜਾਂਦਾ ਸੀ ਤੇ ਇੱਕ ਦਿਨ ਆਉਣ ਨੂੰ ਲੱਗ ਜਾਂਦਾ ਸੀਗਾ। ਹਾਂਜੀ, 3 ਦਿਨ ਮੇਰੀ ਮੰਮ ਦੀ ਲਾਸ਼ ਪਈ ਰਹੀ ਮੇਰੇ ਡੈਡੀ ਨੇ ਜਿੱਦਾਂ ਘਰ ਹੀ ਸਾਰੀਆਂ ਦਵਾਈਆਂ ਵਗੈਰਾ, ਕਿਉਂਕਿ ਆਪ ਡਾਕਟਰ ਸੀਗੇ ਤੇ ਰੱਖੀ ਛੱਡੀ ਘਰ ਹੀ ਕਿ ਮੇਰੇ ਨਾਨਕਿਆਂ ਦਾ ਇੰਤਜ਼ਾਰ ਕਰਨ। ਤੁਹਾਨੂੰ ਪਤਾ ਹੀ ਆ ਕਿ ਜਦੋਂ ਕੁੜੀ ਕਿਸੇ ਦੀ ਵੀ ਆਪਣੇ ਸਸੁਰਾਲ ਘਰ ਜਾ ਕੇ ਮੌਤ ਹੁੰਦੀ ਆ ਤੇ ਉਹਦਾ ਕਫਨ ਵੀ ਪੇ ਕੇ ਘਰੋਂ ਹੀ ਆਉਂਦਾ ਹੈ ਨਾ। ਹਾਂਜੀ ਹਾਂਜੀ, ਤੇ ਉਸ ਸਮੇਂ ਦੇ ਵਿੱਚ ਥੋੜਾ ਉਦੋਂ ਮੁਸ਼ਕਲ ਹੁੰਦਾ ਸੀਗਾ ਕਿ ਤੁਸੀਂ ਜਿੱਦਾਂ ਇੰਨੇ ਦਿਨ ਬੋਡੀ ਨੂੰ ਘਰ ਰੱਖੋ। ਹਾਂਜੀ ਹਾਂਜੀ, ਰੱਖਿਆ ਸੀਗਾ ਉਹਨੀ ਦਿਨ। ਅੱਛਾ ਜੀ, ਫਿਰ ਉਹ ਅਸੀਂ ਜਾਂਦੇ ਸੀਗੇ ਮੈਂ ਤੇ ਮੇਰਾ ਛੋਟਾ ਭਰਾ, ਮੇਰੇ ਛੋਟੇ ਭਰਾ ਦੇ ਬਾਲ ਸੀਗੇ, ਗੁੱਟੀ ਸੀਗੀ ਛੋਟੇ ਦੇ। ਹਾਂਜੀ, ਤੇ ਅਸੀਂ ਜਾਣਾ ਅਸੀਂ ਖੇਲ ਕੇ ਤੇ ਅਸੀਂ ਫੇਰ ਬਹਿ ਜਾਣਾ ਮੇਰੀ ਮੰਮ ਕੋਲ ਆ ਕੇ, ਅਸੀਂ ਉਹਨੂੰ ਕਹਿਣਾ ਉੱਠ ਜਾ ਹੁਣ ਮੰਮ ਉੱਠ ਜਾ ਹਨਾ। ਹਾਂਜੀ, ਪਰ ਸਾਨੂੰ ਪਤਾ ਨਹੀਂ ਸੀ ਹੁੰਦਾ ਕਿ ਵੀ ਉਹ ਮਰੀ ਪਈ ਆ ਹਨਾ, ਅਸੀਂ ਖੇਲੀ ਜਾਣਾ ਜਾਣ ਕੇ। ਹੁਣ ਸਾਨੂੰ ਉਹ ਮੈਨੂੰ ਥੋੜਾ ਥੋੜਾ 7 ਸਾਲ ਦੀ ਉਮਰ ਚ ਇੰਨਾ ਬੱਚੇ ਨੂੰ ਯਾਦ ਨਹੀਂ ਰਹਿੰਦਾ, ਪਰ ਮੈਨੂੰ ਹੁਣ ਥੋੜਾ ਥੋੜਾ ਕਈ ਵਾਰ ਯਾਦ ਆਉਂਦੀਆਂ ਉਹ ਗੱਲਾਂ ਬਚਪਨ ਦੀਆਂ ਕਿ ਮੈਨੂੰ ਐਨ ਪਤਾ ਕਿ ਮੇਰੀ ਮੰਮ ਕਿੱਦਾਂ ਉੱਥੇ ਉਹਨੂੰ ਮੰਜੇ ਤੇ ਪਾਇਆ ਹੋਇਆ ਸੀਗਾ, ਉਹਦੇ ਦੁਆਲੇ ਨਿੰਮ ਦੇ ਪੱਤੇ ਨੀ ਨਿੰਮ ਵਗੈਰਾ, ਹਾਂਜੀ ਉਹ ਲਗਾਈ ਹੋਈ ਸੀ, ਤੇ ਮੈਂ ਤੇ ਮੇਰੇ ਛੋਟੇ ਭਰਾ ਨੂੰ ਕਹਿਣ ਲਿਆ ਤੇਰੇ ਬਾਲ ਵਾਦੀ, ਉਹ ਕਹਿੰਦਾ ਨਹੀਂ ਜਦੋਂ ਮੇਰੀ ਮੰਮ ਉੱਠੂਗੀ ਉਹੀ ਮੇਰੇ ਬਾਲ ਪਾਊਗੀ, ਤੇ ਉਹਨੇ ਬਾਲ ਨਹੀਂ ਸੀ ਵਧਾਏ ਤੇ ਫਿਰ ਉਹਦੇ ਕੱਟਣੇ ਪਏ ਸਾਨੂੰ ਕੇਸ।
अच्छा किन्ने साल दे सी छोटा थोड़ा ब्रदर? छोटा मेरा ब्रदर सी 5 साल दा। 5 साल दा, 5 साल दी उम्र जे देखो ते कुछ भी नहीं आ, कुछ भी नहीं, उदों तां बच्चे नूं कुछ नहीं पता हुंदा। ते तुहाडी 7 साल दी उम्र सी? हां जी। हां जी, तुहानू भी जिदा कहिंदे उस उम्र दे, हुण आपां भी असीं भी सोचिए कि जदों असीं 6 साल दे 7 साल दे सी इन्ना तुहानू याद नहीं, धुंदला धुंदला याद हुंदा है, पर इन्ना ज्यादा तुहानू चेता नहीं हुंदा। गल्लां याद आ मैनूं इह पता कि मैं बैड ते बैठी सीगी, मम्म नूं निम्म दे विच लपेटिया सीगा। हां जी। ते लोकी रोई जांदे सीगे बैठे, तैन दे रहना भी किन्ना मुश्किल हुंदा सीगा उन्हां पिंडां दे विच, हैना। हां जी। ਤੇ ਫਿਰ ਲਾਸ਼ ਰੱਖਣਾ, ਫਿਰ ਲੋਕ ਦੇਖਣ ਆਉਂਦੇ ਸੀਗੇ ਕਿ ਕਿੱਦਾਂ ਰੱਖੀ ਹੋ ਆ, ਕਿਉਂਕਿ ਕਈ ਲੋਕ ਤਾਂ ਜਿੱਦਾਂ ਤੁਹਾਨੂੰ ਪਤਾ ਹੈ ਕਿਉਂਕਿ ਇਹ ਚੀਜ਼ ਨਵੀਂ ਸੀਗੀ ਉਸ ਟਾਈਮ, ਉਹਨਾਂ ਦਿਨਾਂ ਦੇ ਵਿੱਚ ਸੀ। ਹਾਂਜੀ, ਉਹਨਾਂ ਦਿਨਾਂ 'ਚ ਕਾਫੀ ਇਹ ਨਹੀਂ ਸੀ ਇੰਨਾ ਜ਼ਿਆਦਾ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਰੱਖਦੇ। ਹਾਂਜੀ। ਤੇ ਉਹ ਫਿਰ ਹਾਂਜੀ, ਫਿਰ ਉਹ ਲੋਕਾਂ ਲਈ ਤਾਂ ਨਵੀਂ ਗੱਲ ਸੀਗੀ। ਹਾਂਜੀ 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 ਹਾਂਜੀ। ਤੇ ਉਹ ਤੋਂ ਬਾਅਦ ਇਹ ਯਾਦ ਆ ਕਿ ਜਦੋਂ ਮੇਰੇ ਮਾਮੇ ਹੁਣੀ ਆ ਗਏ ਸਾਰੇ ਜਾਣੇ, ਤੇ ਮੇਰੀ ਮੰਮ ਨੂੰ ਜਦੋਂ ਆਰਥੀ ਤੇ ਪਾ ਕੇ ਲੈ ਕੇ ਜਾਂਦੇ ਆ ਨਾ, ਹਾਂਜੀ, ਤੇ ਉਦੋਂ ਸਾਨੂੰ ਫੜ ਕੇ, ਮੈਨੂੰ ਤਾਂ ਮੇਰਾ ਵੱਡਾ ਭਰਾ ਲਾਈਕ ਉਹ ਸੀਗਾ 18 or 19 ਇਅਰਸ ਓਲਡ ਹੈ ਨਾ, ਹਾਂਜੀ, ਸਮਝ ਸੀ ਹੈ ਨਾ ਕੀ ਕੀ ਹੋਣ ਰਿਹਾ। ਹਾਂਜੀ, ਉਹਨੂੰ ਸਮਝ ਸੀ ਸਾਰੀ। ਹਾਂਜੀ, ਤੇ ਜਦੋਂ ਵੱਡਾ ਭਰਾ ਉਸ ਟਾਈਮ 18-19 ਸਾਲ ਦਾ ਸੀ? ਹਾਂਜੀ ਹਾਂਜੀ, ਮੇਰਾ ਵੱਡਾ ਭਰਾ ਮੇਰੇ ਕੋਲ 12 ਸਾਲ ਵੱਡਾ ਹੈ। ਹਾਂਜੀ, ਅੱਛਾ ਜੀ, ਠੀਕ ਹੈ। ਹਾਂਜੀ, ਪਹਿਲਾਂ ਤਾਂ ਸਾਨੂੰ ਬੜੀ ਮੁਸ਼ਕਿਲ ਨਾਲ ਅਸੀਂ ਹੋਏ, ਕਿਉਂਕਿ ਡੈਡ ਆਰਮੀ ਦੇ ਵਿੱਚ ਸੀਗੇ। ਪਹਿਲਾਂ ਮੇਰਾ ਬ੍ਰਦਰ 8 ਸਾਲ ਬਾਅਦ ਹੋਇਆ, ਫਿਰ ਮੈਂ ਲਾਈਕ 12 ਸਾਲ ਬਾਅਦ ਹੋਈ, ਛੋਟਾ ਫਿਰ ਛੇਤੀ 2 ਸਾਲ ਬਾਅਦ, ਹੈ ਨਾ। ਹਾਂਜੀ ਹਾਂਜੀ, ਤੇ ਫਿਰ ਜਦੋਂ ਆਰਥੀ ਤੇ ਮੇਰੀ ਮੰਮ ਨੂੰ ਪਾਇਆ, ਮੈਨੂੰ ਅੱਜ ਵੀ ਉਹ ਕਦੀ ਟਾਈਮ ਨਹੀਂ ਭੁੱਲਦਾ, ਤੇ ਉਹ ਮੈਨੂੰ ਆਰਥੀ ਤੇ ਪਾਇਆ, ਤੇ ਉਹ ਮੇਰੀ ਮੰਮ ਦੇ ਕੋਲ ਸਾਨੂੰ ਲੈ ਕੇ ਜਾਂਦੇ ਆ, ਜਾ ਕੇ ਪਰਿਵਾਰ ਦੇ ਲੋਕ। ਹਾਂਜੀ, ਤੇ ਉਹ ਸਾਨੂੰ ਦੱਸਦੇ ਆ ਕਿ ਇਹ ਤੁਹਾਡੀ ਮਾਂ ਆ, ਇਹ ਹੁਣ ਮਰ ਚੁੱਕੀ ਆ, ਇਹਨੇ ਵਾਪਸ ਨਹੀਂ ਆਉਣਾ। ਹਾਂਜੀ ਹਾਂਜੀ, ਫੇਰ ਵੀ ਜਾਣੀ ਕਿ ਮੈਨੂੰ ਉਹ ਆਰਥੀ ਅੱਜ ਵੀ ਜਦੋਂ ਮੈਂ ਉਸ ਘਰ ਪੰਜਾਬ ਦੇ ਵਿੱਚ, ਹਾਲਾਂਕਿ ਅਸੀਂ ਬਦਲ ਲਿਆ, ਘਰ ਹੋਰ ਲੈ ਲਿਆ ਹੁਣ। ਹਾਂਜੀ, ਤੇ ਜਦੋਂ ਅੱਜ ਵੀ ਮੈਂ ਆਪਣੇ ਪੇਕੇ ਘਰ ਜਾਂਦੀ ਹਾਂ, ਉੱਥੇ ਜਿਹੜੀ ਜਗ੍ਹਾ ਆ ਜਿੱਥੇ ਉਹਦੀ ਆਰਥੀ ਪਈ ਸੀ, ਮੈਂ 7 ਸਾਲ ਦੀ ਸੀ, ਉਹ ਹਜੇ ਵੀ ਲਾਈਕ ਉਹ ਜਿਹੜੀ ਦਰਦ ਆ ਨਾ, ਉਹ ਹਜੇ ਤੱਕ ਵੀ ਲਾਈਕ ਮੇਰੇ ਦਿਲ ਵਿੱਚ ਦੱਬਿਆ ਪਿਆ ਹੈ। ਹਾਂਜੀ, ਅਸੀਂ ਇਹ ਸਮਝ ਸਕਦੇ, ਕਿਉਂਕਿ ਕਹਿੰਦੇ ਨੇ ਜਦੋਂ ਆਪਾਂ ਜਦੋਂ ਬੱਚਾ ਬੱਚੇ ਆ, ਬੱਚਿਆਂ ਨਾਲ ਇੰਨੀ ਵੱਡੀ ਕੋਈ ਕਹਿੰਦੇ ਘਰ ਦੇ ਵਿੱਚ ਏਡਾ ਵੱਡਾ ਹਾਦਸਾ ਹੋ ਜਾਵੇ, ਉਹ ਵੀ ਤੁਹਾਡੀ ਜਿੱਦਾਂ ਮਾਂ ਚਲ ਗਈ ਆ, ਮਾਂ ਤੋਂ ਉੱਪਰ ਤਾਂ ਕੁਛ ਨਹੀਂ, ਆਪਾਂ ਤਾਂ ਕਹਿੰਦੇ ਮਾਂ ਦਾ ਇੱਕ ਹਿੱਸਾ ਆ, ਹਰ ਬੱਚਾ ਆਪਣੀ ਮਾਂ ਦਾ ਹਿੱਸਾ ਆ, ਤੇ ਉਹ ਜਦੋਂ ਹੁਣ ਮਾਂ ਚਲ ਗਈ, ਤੇ ਉਹ ਉਦੋਂ ਤਾਂ ਨਹੀਂ ਆਪਾਂ ਨੂੰ ਪਤਾ ਹੁੰਦਾ ਛੋਟੇ ਹੁੰਦਿਆਂ ਨੂੰ, ਪਿਓ ਕਿਤੇ ਨਾ ਕਿਤੇ ਆਪਣੇ ਅੰਦਰ ਉਹ ਚੀਜ਼ ਜਿਹੜੀ ਆ ਉਹ ਘਰ ਕਰ ਜਾਂਦੀ ਆ। ਹਾਂਜੀ, ਉਹ ਸਾਰੀ ਉਮਰ ਆਪਣੇ ਨਾਲ ਹੀ ਰਹਿੰਦੀ ਆ। ਹਾਂਜੀ, ਕਿ ਉਹਨੂੰ ਆਪਾਂ ਬਦਲ ਤਾਂ ਨਹੀਂ ਸਕਦੇ। ਹਾਂਜੀ, ਪਰ ਉਹ ਜਿਹੜੀ ਯਾਦ ਆ, ਉਹ ਜਿਹੜੀਆਂ ਗੱਲਾਂ ਆ, ਜਿਹੜਾ ਦੁੱਖ ਆ, ਉਹ ਅੰਦਰ ਤੁਹਾਨੂੰ ਜਿਹੜੀ ਖਿੱਚ ਆ ਉਹ ਹਮੇਸ਼ਾ ਅੰਦਰ ਰਹਿੰਦੀ ਆ। ਹਾਂਜੀ, ਕਿਉਂਕਿ ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਆ ਨਾ, ਜਦੋਂ ਅਸੀਂ ਆਪ ਪੇਰੈਂਟਸ ਬਣਦੇ ਆ, ਮਾਂ ਬਾਪ ਅਸੀਂ ਆਪ ਬਣਦੇ ਆ, ਹਾਂਜੀ, ਫੇਰ ਅਸੀਂ ਉਸ ਗੱਲ ਨੂੰ ਰੀਅਲਾਈਜ਼ ਕਰਦੇ ਕਿ ਮਾਂ ਪੇ ਕੀ ਚੀਜ਼ ਆ। ਹਾਂਜੀ ਹਾਂਜੀ, ਕਹਿੰਦੇ ਜਦੋਂ ਆਪਣੇ ਕੋਲ ਉਹ ਚੀਜ਼ ਹੁੰਦੀ ਆ ਨਾ, ਆਪਾਂ ਉਹਦੀ ਕਦਰ ਨਹੀਂ ਕਰਦੇ, ਜਿਨ੍ਹਾਂ ਦੀਆਂ ਗਏ ਹੋ ਆ ਮਾਂ ਬਾਪ, ਜਾਂ ਉਹਨਾਂ ਨੂੰ ਪਤਾ ਕਿ ਮਾਂ ਬਾਪ ਕੀ ਹੁੰਦੇ ਆ, ਉਹਨਾਂ ਦੀ ਕੀ ਕਦਰ ਹੁੰਦੀ ਆ, ਉਹ ਕਿੰਨੇ ਸਾਡੀ ਜ਼ਿੰਦਗੀ ਵਿੱਚ ਇੰਪੋਰਟੈਂਟ ਆ। ਹਾਂਜੀ, ਜਦੋਂ ਕਿਸੇ ਚੀਜ਼ ਦੀ ਥੋੜ੍ਹ ਆ ਉਦੋਂ ਹੀ ਉਹਦਾ ਪਤਾ ਲੱਗਦਾ। ਹਾਂਜੀ ਹਾਂਜੀ ਹਾਂਜੀ, ਫਿਰ ਮੈਂ ਰਾਜਸਥਾਨ ਚਲੀ ਗਈ, ਫਿਰ ਮੇਰੇ ਡੈਡ, ਮੈਂ ਉੱਥੇ ਲਾਈਕ ਪਹਿਲਾਂ ਇੱਥੇ ਪੰਜਾਬੀ ਪੜ੍ਹਦੀ ਸੀ, ਉੱਥੇ ਹਿੰਦੀ ਸੀਗੀ। ਹਾਂਜੀ ਹਾਂਜੀ, ਫਿਰ ਉੱਥੇ ਜਾ ਕੇ ਹਿੰਦੀ ਸਿੱਖੀ, ਫਿਰ ਵਾਪਸ ਮੈਨੂੰ ਫਿਰ 5 ਸਾਲ ਬਾਅਦ ਪੰਜਾਬ ਲਿਆਂਦਾ ਪਿਆ, ਉੱਥੇ ਵੀ ਮੈਨੂੰ ਪੰਜਾਬੀ ਭੁੱਲ ਗਈ। ਅੱਛਾ ਜੀ, ਸਟਰਗਲ ਲਾਈਕ ਜਿੱਦਾਂ ਬਚਪਨ ਤੋਂ ਹੀ ਲਾਈਫ ਦੇ ਵਿੱਚ, ਕਹਿੰਦੇ ਜ਼ਿੰਦਗੀ ਦੇ ਵਿੱਚ ਜਾਣੀ ਕਿ ਸਟਰਗਲ ਹੀ ਰਹੀ ਆ, ਹਨਾ। ਹਾਂਜੀ, ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਆਈ, ਤੇ ਮੇਰੇ ਡੈਡੀ ਨੇ ਮੇਰੇ ਵੱਡੇ ਭਰਾ ਦੀ ਮੈਰਿਜ ਕਰ ਦਿੱਤੀ, ਹਨਾ। ਹਾਂਜੀ, ਤੇ ਉਹ ਵੀ ਦੇਖੋ ਮੈਰਿਜ ਕੀਤੀ, ਮੈਂ 6 ਮਹੀਨੇ ਆਪਣੇ ਡੈਡ ਕੋਲ ਰਹੀ, ਤੇ ਉਹਨਾਂ ਮੇਰੇ ਵੱਡੇ ਭਰਾ ਦੀ ਫਿਰ ਉਹਨਾਂ ਨੇ ਮੈਰਿਜ ਕਰਤੀ। ਪਰ ਮੇਰੇ ਡੈਡ ਇੱਦਾਂ ਸੀਗੇ ਕਿ ਹਰੇਕ ਛੁੱਟੀਆਂ ਦੇ ਵਿੱਚ ਮੈਨੂੰ ਜਾ ਕੇ ਲੈ ਕੇ ਆਉਣਾ। ਹਾਂਜੀ, ਫਿਰ ਉਹਨਾਂ ਮੈਨੂੰ ਫਗਵਾੜੇ ਸ਼ੋਪਿੰਗ ਕਰਵਾਉਣੀ ਮੇਰੇ ਡੈਡੀ ਨੇ, ਹਾਲਾਂਕਿ ਮੈਂ ਛੋਟੀ ਸੀ, ਜੇ ਉਹਨਾਂ ਨੇ ਇਹ, ਕਿਉਂਕਿ ਮੇਰੇ ਨਾਨਕੇ ਵੀ ਲਾਈਕ ਬੈਲ ਸੈਟਲ ਆ, ਇਹਨੀ ਵੀ ਇੱਦਾਂ ਨਹੀਂ ਸੀਗਾ। ਹਾਂਜੀ, ਹੈ ਨਾ। ਹਾਂਜੀ ਹਾਂਜੀ, ਪਰ ਉਹਨਾਂ ਨੇ ਫਿਰ ਵੀ ਇਹ ਸੋਚਣਾ ਕਿ ਮੇਰੀ ਧੀ ਨੂੰ ਇੱਦਾਂ ਨਾ ਹੋਵੇ ਕਿ ਇਹਨੂੰ ਕਿਸੇ ਚੀਜ਼ ਦੀ ਕਮੀ ਹੋਵੇ, ਹੈ ਨਾ। ਹਾਂਜੀ ਹਾਂਜੀ, ਮੈਂ ਜਿਹੜੀ ਚੀਜ਼ ਨੂੰ ਹੱਥ ਰੱਖਣਾ ਮੇਰੇ ਡੈਡੀ ਨੇ ਉਹੀ ਲੈ ਕੇ ਦੇਣੀ, ਫਿਰ ਮੈਨੂੰ ਛੁੱਟੀਆਂ ਤੇ ਛੱਡ ਆਉਣਾ ਵਾਪਸ। ਹਾਂਜੀ, ਉਹਨਾਂ ਦੇ ਮਨ ਦੇ ਵਿੱਚ ਹੋਣਾ ਨਾ ਕਿਸੇ ਨਾ ਕਿਸੇ ਤਰ੍ਹਾਂ, ਜੇ ਉਹ ਮਾਂ ਦੀ ਕਮੀ ਆ ਉਹ ਮੈਂ ਪੂਰੀ ਕਰੀ ਜਾਵਾਂ ਨਾਲ ਦੀ ਨਾਲ, ਕਿ ਇਦਾਂ ਨਾ, ਕੁੜੀ ਆ ਨਾ, ਕੁੜੀ ਨੂੰ ਕਹਿੰਦੇ ਨੇ ਕੁੜੀਆਂ ਜਦੋਂ ਉਹ ਇੱਕ ਉਸ ਉਮਰ ਤੇ ਵੀ ਪਹੁੰਚ ਜਾਂਦੀਆਂ ਆ, ਉਦੋਂ ਵੀ ਮਾਂ ਦੀ ਬਹੁਤ ਜ਼ਰੂਰਤ ਹੁੰਦੀ ਆ। ਹਾਂਜੀ ਹਾਂਜੀ, ਤੇ ਹੁਣ ਜੇ ਮੇਰੇ ਨਾਨਕੇ, ਹਾਂਜੀ, ਮਾਮਾ ਮਾਮੀ ਮੇਰੇ ਇੰਨੇ ਚੰਗੇ ਸੀ, ਮੇਰੀ ਮਾਸੀ ਸੀ ਇੱਕ ਰਾਜਸਥਾਨ 'ਚ, ਇੱਕ ਮੇਰੀ ਮਾਸੀ ਪੰਜਾਬ ਵਿੱਚ ਸੀਗੀ, ਤੇ ਰਾਜਸਥਾਨ
राजस्थान वाली मासी ने मेनू जन के पूरा मां का प्यार मिलता, पर वह कमी तो कदी भी नहीं पूरी होनी, नहीं होंगी। हां जी, उस तो बाद फिर मेरे भरा का ब्याह किया। देखो फिर ओही कह दें किस्मत कह लो जराले जिदा है ना, आप कह सकते हैं हुक्म मनना ही पैंदा। जदों मेरे भरा का ब्याह किया तीसरे दिन बाद मेरे डैडी की मौत हो गई। अच्छा जी, फिर मम्मी तो 5-6 साल बाद छेती डैडी पूरे हो गए। हां जी हां जी, 5 साल बाद। हां जी हां जी, बस मेरे डैड मेरी लाइक भाभी नूं प्यार दिता, कहिंदे हुण तू ही सारा कुछ संभालना, बच्चियां दा ख्याल रखना। मैनू मैं उत्थे मैनू कहिंदे सी हुण तू इत्थे साडे कोल रहना, हुण तेरी भाभी हैगी वी इत्थे रहना है ना तू। हां जी, ते उहनां नूं की उह ठीक नहीं सीगे उह वी? उह बस उह वी जिद्दां गैस्टां नूं सारिआं नूं तोर के आए आ ते आ के पै गए आ, ते बस जदों उहनां नूं उठाया ते मैं ते हजे मेरी मासी उहनां नूं आपां नूं पता उदों बस स्टॉप ते आपां छड्डण जांदे हुंदे सी रिश्तेदारां नूं। हां जी हां जी, ਤੇ ਮੇਰੀ ਮਾਸੀ ਜਿਹੜੀ ਪੰਜਾਬ ਚ ਰਹਿੰਦੇ ਅਸੀਂ ਉਹਨਾਂ ਨੂੰ ਛੱਡਣ ਗਏ ਬੱਸ ਸਟਾਪ ਤੇ, ਤੇ ਜਦੋਂ ਨੂੰ ਬਾਅਦ ਵਿੱਚ ਆਏ ਤਾਂ ਮੈਨੂੰ ਕਿਸੇ ਨੇ ਦੱਸਿਆ ਕਿ ਤੇਰੇ ਡੈਡ ਦੀ ਡੈਥ ਹੋ ਗਈ। ਮੈਂ ਕਿਹਾ ਕੀ? ਮੈਨੂੰ ਬਹੁਤ ਵੱਡਾ ਸ਼ੌਕ ਲੱਗਾ ਜਿੱਦਾਂ ਉਹ ਹਨਾ। ਹਾਂਜੀ, ਤੇ ਬਸ ਜਦੋਂ ਮੈਂ ਘਰ ਗਈ ਆ ਤੇ ਬਸ ਡੈਡੀ ਹੈ ਨੀ। ਹਾਂਜੀ, ਮਾਂ ਤਾਂ ਗਈ ਸੀ, ਜਿਹੜੇ ਕਹਿੰਦੇ ਨੇ ਪਿਓ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਹੁਣ ਮਾਂ ਤਾਂ ਬਾਪ ਦੋਨੇ ਨਾ ਹੋਣ ਤੇ ਕਹਿੰਦੇ ਹੁੰਦੇ ਆ ਫੇ ਉਹ ਬਹੁਤ ਜ਼ਿਆਦਾ। ਹਾਂਜੀ, ਆਪਾਂ ਜੀਂਦੇ ਆ, ਕਿਰਨ ਮੈਨੂੰ ਜਾਣਦੀ ਆ, ਮੈਂ ਅਸੀਂ ਲਾਈਕ ਮੈਂ ਬਹੁਤ ਹਸਮੁੱਖ ਰਹਿੰਦੀ ਆ, ਪਰ ਜਿਹੜਾ ਅੰਦਰ ਆ ਨਾ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਦਰਦ ਆ, ਲਾਈਕ ਹਾਂਜੀ ਦਰਦ ਛਿਪਿਆ ਆ, ਜਾਣੀ ਕਿ ਬਹੁਤ ਜ਼ਿਆਦਾ ਦਰਦ। ਓਦਾਂ ਨਹੀਂ ਕਦੀ ਰੋਈਦਾ, ਇੱਦਾਂ ਜਦੋਂ ਕੋਈ ਗੱਲ ਕਰੀਏ ਤੇ ਉਹ ਆਟੋਮੈਟਿਕਲੀ ਤੁਹਾਡਾ ਦਿਲ ਭਾਰ ਆਉਂਦਾ। ਜ਼ਿੰਦਗੀ ਚ ਹੋ ਕੀ ਰਿਹਾ, ਪਰ ਅੰਦਰ ਉਹਨਾਂ ਦੇ ਬਹੁਤ ਕੁਛ ਲੁਕਿਆ ਹੁੰਦਾ। ਤੇ ਜਦੋਂ ਜੇ ਆਪਾਂ ਗੱਲ ਕਰੀਏ ਕਿ ਜਦੋਂ ਉਹ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਕੋਲ ਗੱਲ ਨਹੀਂ ਹੁੰਦੀ, ਤੇ ਕਈ ਵਾਰੀ ਉਹਨਾਂ ਨੂੰ ਇੱਦਾਂ ਫੀਲ ਹੁੰਦਾ ਜਾਂ ਇੱਦਾਂ ਸੋਚਦੇ ਕਿ ਅਗਲੇ ਕੀ ਕਹਿਣਗੇ, ਅਗਲੇ ਨੇ ਕਹਿਣਾ ਕਿ ਇੱਦਾਂ ਹੀ ਕਰਦੇ ਰਹਿੰਦੇ ਆ, ਹਨਾ। ਇਹ ਵੀ ਗੱਲ ਉਦਾਂ ਅੱਜ ਕੱਲ੍ਹ ਇਹ ਵੀ ਕਾਫੀ ਸੋਚਣ ਵਾਲੀ ਆ ਕਿ ਆਪਾਂ ਕਾਫੀ ਚੀਜ਼ਾਂ ਆਪਣੇ ਅੰਦਰ ਜਿਹੜੀਆਂ ਨਾ ਸਮੇਟ ਲਈਦੀਆਂ, ਅੰਦਰ ਲੁਕੋ ਲਈਦੀਆਂ ਵਿੱਚ, ਉਹ ਡਿਪਰੈਸ਼ਨ ਵਿੱਚ ਤੁਹਾਡੀਆਂ, ਫਿਰ ਗਾਂਹ ਦੇ ਵਿੱਚ ਜਦੋਂ ਤੁਹਾਡੀ ਗਾਂਹ ਜ਼ਿੰਦਗੀ ਜਾਂਦੀ ਆ, ਉਹ ਡਿਪਰੈਸ਼ਨ ਵਿੱਚ ਤਬਦੀਲ ਹੋ ਜਾਂਦੀ ਆ। ਪਰ ਕਈ ਵਾਰੀ ਸੋਚ ਆਪਣੀ ਇਹ ਹੁੰਦੀ ਆ ਕਿ ਆਪਾਂ ਜੇ ਆਪਣੀ ਗੱਲ ਕਿਸੇ ਦੇ ਕੋਲ ਕਰਾਂਗੇ, ਅਗਲਾ ਕੀ ਸੋਚੂਗਾ, ਇਹ ਆਪਣਾ ਸਾਰੇ ਇਹ ਚੀਜ਼ ਨੂੰ ਸੋਚਦੇ ਆ ਕਿ ਅਗਲਾ ਕਿੱਦਾਂ ਰਿਐਕਟ ਕਰੂਗਾ। ਹਾਂਜੀ, ਆਪਾਂ ਕਿਉਂਕਿ ਆਪਾਂ ਨੂੰ ਜਿਹੜੀ ਆਪਣੀ ਆਪਣੀ ਜਿੱਦਾਂ ਸਾਨੂੰ ਵੱਡੇ ਕੀਤਾ ਸਾਰਾ ਕੁਛ, ਇਹ ਸਾਡੀ ਜਾਣੀ ਕਿ ਸਾਡੇ ਪੰਜਾਬੀਆਂ ਦੇ ਵਿੱਚ ਜਾਂ ਸਾਡੇ ਕਲਚਰ ਦੇ ਵਿੱਚ ਆ, ਹਨਾ। ਹਾਂਜੀ, ਉਹ ਇਹ ਸਾਰੀਆਂ ਗੱਲਾਂ ਅਸੀਂ ਸੋਚ ਕੇ ਆਪਾਂ ਕਿਸੇ ਕੋਲ ਦੱਸਦੇ ਨੀ। ਜੇ ਆਪਾਂ ਕਈ ਵਾਰ ਦੱਸ ਵੀ ਦਿੰਦੇ ਹਾਂ, ਕਹਿ ਲਓ ਇੱਕ ਗੱਲ ਆਪਾਂ ਕਿਸੇ ਨੂੰ ਦੱਸ ਦਿੰਦੇ ਹਾਂ ਨਾ, ਹਾਂਜੀ, ਤੇ ਜਦੋਂ ਦੂਸਰੀ ਵਾਰ ਦੱਸੀਏ ਜਾਂ ਤੀਸਰੀ ਵਾਰ ਅਗਲੇ ਨੇ ਕਹਿਣਾ ਕਿ ਇਹਦਾ ਤਾਂ ਕੰਮ ਹੀ ਇਹ ਆ। ਹਾਂਜੀ, ਇਹ ਵੀ ਗੱਲ ਆ, ਬਹੁਤ ਇਹ ਸੋਚ, ਇਹ ਆਪਣੀ ਸਾਰਿਆਂ ਦੀ ਸੋਚ ਹੈਗੀ ਆ ਕਿ ਜੇ ਆਪਾਂ, ਹਾਂਜੀ, ਜੇ ਹਰ ਵਾਰ ਹਰ ਵੇਲੇ ਆਪਾਂ ਕਿਸੇ ਕੋ ਆਪਣਾ ਦੁਖੜਾ ਰੋਈ ਜਾਂਦੇ ਆ, ਤਾਂ ਅਗਲੇ ਨੇ ਕਹਿਣਾ ਇਹਦਾ ਤਾਂ ਰੋਣ ਦਾ ਹੀ ਕੰਮ ਆ, ਤੇ ਕੋਈ ਤੁਹਾਡੇ ਕੋਲ ਵੀ ਨਹੀਂ ਬਹਿੰਦਾ। ਹਾਂਜੀ, ਉਹ ਤੇ ਕਈ ਵਾਰ ਉਹ ਜਿਹੜੀਆਂ ਨਹੀਂ, ਮੇਰੇ ਕੋਲ ਮੇਰੀਆਂ ਇੰਨੀਆਂ ਵਧੀਆ ਫਰੈਂਡਸ਼ਿਪ ਆ, ਮੇਰੇ ਕੋਲ ਮੇਰੇ ਰਿਸ਼ਤੇਦਾਰ ਜਿਹੜੇ ਬਹੁਤ ਜ਼ਿਆਦਾ ਕਲੋਜ਼ ਆ, ਅਸੀਂ ਸਾਰਾ ਦੁੱਖ ਸੁੱਖ ਇੱਕ ਦੂਜੇ ਨਾਲ ਕਰੀਦਾ। ਹਾਂਜੀ, ਸੁਣੀ ਦਾ ਕਿ ਤੁਹਾਡਾ ਜਦੋਂ ਤੁਸੀਂ ਰੋ ਲੈਂਦੇ ਆ ਜਾਂ ਤੁਹਾਡੇ ਦਿਲ ਤੇ ਕਈ ਵਾਰ ਭਾਰ ਜਿਹਾ ਪਿਆ ਹੁੰਦਾ ਗੱਲਾਂ ਦਾ, ਉਹ ਜਦ ਤੁਸੀਂ ਕੱਢ ਲੈਂਦੇ ਆ ਨਾ ਕਿਸੇ ਕੋਲ, ਇਹ ਆ ਵੀ ਅਗਲਾ ਦੱਸੇ ਨਾ ਕਿਸੇ ਨੂੰ। ਕਈ ਵਾਰ ਹੁੰਦਾ ਸਾਡੀ ਕੋਈ ਪਰਸਨਲ ਗੱਲ ਆ, ਅਸੀਂ ਉਸ ਨੂੰ ਬੰਦੇ ਨੂੰ ਦੱਸ ਸਕਦੇ ਜਿਹਦੇ ਤੇ ਅਸੀਂ ਭਰੋਸਾ ਕਰਦੇ, ਉਹ ਹੋਣਾ ਵੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ। ਤੁਹਾਡੀ ਜ਼ਿੰਦਗੀ 'ਚ ਇੱਕ ਪਰਸਨ ਇਹੋ ਜਿਹਾ ਹੋਣਾ ਬਹੁਤ ਜ਼ਰੂਰੀ ਆ, ਜਿਹਦੇ ਨਾਲ ਕਹਿੰਦੇ ਕਿ ਤੁਸੀਂ ਖੁੱਲ੍ਹ ਕੇ ਹਰ ਗੱਲ ਕਰ ਸਕੋ ਤੇ ਉਹ 'ਤੇ ਯਕੀਨ ਵੀ ਕਰ ਸਕੋ। ਹਾਂਜੀ, ਪਰ ਇਹ ਆ ਯਕੀਨ ਕਰੋ, ਪਰ ਜੇ ਮੈਂ ਇਹ ਵੀ ਕਹਿੰਦੀ ਹਾਂ, ਜੇ ਕੋਈ ਇਨਸਾਨ ਤੁਹਾਡੇ ਕੋਲ ਗੱਲ ਕਰਦਾ ਆ ਤੇ ਉਹਦੀ ਗੱਲ ਨਾ ਕਰੋ, ਕਿਉਂਕਿ ਉਹ ਤੁਹਾਨੂੰ ਰੱਬ ਦਾ ਦਰਜਾ ਦੇ ਕੇ ਉਹ ਇਨਸਾਨ ਤੁਹਾਡੇ ਤੇ ਭਰੋਸਾ ਕਰਦਾ। ਬਿਲਕੁਲ ਸਹੀ ਕਿਹਾ ਤੁਸੀਂ, ਪਰ ਇਹੋ ਜਿਹੇ ਇਨਸਾਨ ਅੱਜ ਕੱਲ ਲੱਭਣੇ ਜਿਹੜੇ ਬਹੁਤ ਮੁਸ਼ਕਲ ਆ। ਹਾਂਜੀ, ਕਿਉਂਕਿ ਕਿਸੇ ਦਾ ਵਿਸ਼ਵਾਸ ਤੋੜਨਾ ਨਾ ਸਭ ਤੋਂ ਵੱਡੀ ਮੂਰਖਤਾ ਮੇਰੇ ਹਿਸਾਬ ਨਾਲ। ਜੇ ਤੁਹਾਡੇ ਕੋਲ ਕੋਈ ਗੱਲ ਕਰਦਾ ਆ, ਉਹਨੂੰ ਤੁਸੀਂ ਆਪਣੇ ਕੋਲ ਰੱਖੋ। ਉਸ ਇਨਸਾਨ ਨੇ ਤੁਹਾਨੂੰ ਪਤਾ ਨੀ ਕਿੰਨਾ ਵੱਡਾ ਦਰਜਾ, ਕਿੰਨੇ ਲੋਕਾਂ ਨੂੰ ਛੱਡ ਕੇ, ਕਈ ਵਾਰ ਲੋਕ ਆਪਣੀ ਫੈਮਿਲੀ ਨੂੰ ਨੀ ਦੱਸਦੇ, ਕਿੰਨੇ ਲੋਕਾਂ ਤੋਂ ਛੱਡ ਕੇ ਉਹ ਇਨਸਾਨ ਤੁਹਾਡੇ ਕੋਲ ਆਇਆ, ਉਹਨੇ ਤੁਹਾਡੇ ਵਿੱਚ ਕੋਈ ਚੰਗੀ ਚੀਜ਼ ਦੇਖੀ ਤਾਂ ਹੀ ਉਸਨੇ ਇਹ ਗੱਲ ਕੀਤੀ ਆ ਤੁਹਾਡੇ ਕੋਲ। ਬਿਲਕੁਲ ਸਹੀ ਆ, ਆਪਾਂ ਨੂੰ ਕਦੇ ਵੀ ਕਹਿੰਦੇ ਕਿਸੇ ਨੇ ਜੇ ਆਪਣੇ ਕੋਲ ਆਪਣਾ ਮੰਨ ਕੇ ਆਪਣੇ ਨਾਲ ਗੱਲ ਕੀਤੀ ਆ
ਤੇ ਉਸ ਗੱਲ ਨੂੰ ਉਹ ਤੁਹਾਨੂੰ ਕਦੀ ਕਿਸੇ ਦੂਸਰੇ ਨੂੰ ਦੱਸਣਾ ਨਹੀਂ ਚਾਹੀਦਾ, ਆਪਣੇ ਤਿਕਰ ਹੀ ਰੱਖੋ, ਕਿਉਂਕਿ ਇਹ ਵੀ ਕਹਿੰਦੇ ਜਿਹੜਾ ਵਿਸ਼ਵਾਸ ਹੈ ਨਾ, ਇਹ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ। ਹਾਂਜੀ, ਵਿਸ਼ਵਾਸ ਨੂੰ ਬਣਾਉਣਾ ਸਮਾਂ ਲੱਗ ਜਾਂਦਾ, ਪਰ ਵਿਸ਼ਵਾਸ ਤੋੜਨ ਨੂੰ ਇੱਕ ਮਿੰਟ ਵੀ ਨਹੀਂ ਲੱਗਦਾ। ਹਾਂਜੀ ਹਾਂਜੀ ਹਾਂਜੀ, ਫਿਰ ਤੁਸੀਂ ਫਿਰ ਇਨਸਾਨ ਜਿਹੜਾ ਇਨਸਾਨ ਪਹਿਲਾਂ ਹੀ ਆਲਰੇਡੀ ਅੰਦਰੋਂ ਟੁੱਟਿਆ ਪਿਆ ਆ, ਉਹ ਦੁਖੀ ਆ, ਉਹ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਇਸ ਇਨਸਾਨ ਕੋਲ ਮੈਂ ਆਹ ਗੱਲ ਕੀਤੀ ਸੀ, ਜਦੋਂ ਅਸੀਂ ਦੂਸਰੇ ਇਨਸਾਨ ਉਹ ਗੱਲ ਤੁਹਾਡੇ ਬਾਰੇ ਕਰਦਾ ਜਾਂ ਤੁਹਾਨੂੰ ਪਤਾ ਲੱਗਦਾ ਤੇ ਤੁਸੀਂ ਬਿਲਕੁਲ ਹੀ ਟੁੱਟ ਜਾਂਦੇ ਆ, ਤੇ ਅਗਲੀ ਵਾਰ ਤੁਸੀਂ ਕਿਸੇ ਤੇ ਵਿਸ਼ਵਾਸ ਕਰਨਾ 100 ਵਾਰ ਸੋਚਦੇ ਆ, ਤੇ ਫਿਰ ਉਹ ਜਿਹੜੀਆਂ ਗੱਲਾਂ ਅਸੀਂ ਕਿਸੇ ਨੂੰ ਦੱਸਣੀਆਂ ਹੁੰਦੀਆਂ ਬੇਲਟ ਬਣ ਬਣ ਕੇ ਅੱਗੇ ਤੁਹਾਡੀ ਬਿਮਾਰੀ ਦਾ ਕਾਰਨ ਬਣ ਜਾਂਦੀ। ਬਿਲਕੁਲ ਸਹੀ ਹੈ, ਕਿਸੇ ਹੱਦ ਤੱਕ ਦੇਖੀਏ ਤੇ ਜ਼ਿਆਦਾਤਰ ਲੋਕ ਗੱਲ ਵੀ ਇਸ ਕਰਕੇ ਨਹੀਂ ਕਰਦੇ ਕਿ ਮੇਰੀ ਜਿਹੜੀ ਗੱਲ ਸੁਣ ਕੇ ਅਗਲਾ ਮੇਰੀ ਗੱਲ ਦਾ ਮਜ਼ਾਕ ਨਾ ਉਡਾਵੇ। ਹਾਂਜੀ, ਕਈ ਲੋਕਾਂ ਦੀ ਆਦਤ ਹੁੰਦੀ ਆ ਕਿ ਸੁਣਦੇ ਸੀਰੀਅਸ ਹੋ ਕੇ ਆ ਤੁਹਾਡੀ ਗੱਲ, ਤੇ ਤੁਹਾਨੂੰ ਪੂਰਾ ਯਕੀਨ ਦਿਵਾਉਣਗੇ ਕਿ ਹਾਂ ਤੁਹਾਡੀ ਗੱਲ ਕਿਤੇ ਹੋਰ ਨਹੀਂ ਪਹੁੰਚੂਗੀ, ਪਰ ਜਿੱਦਾਂ ਤੁਸੀਂ ਪਿੱਠ ਮੋੜਦੇ ਆ ਤੇ ਉਹ ਤੁਹਾਡੀ ਆ ਮਜ਼ਾਕ ਬਣਨਾ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ, ਕਾਫੀ ਕਾਮਨ ਹੈ ਅੱਜ ਕੱਲ। ਹਾਂਜੀ ਹਾਂਜੀ, ਆਪਾਂ ਲੋਕ ਕੌਣ ਆ? ਆਪਾਂ ਹੁਣ ਆਪਾਂ ਤੁਸੀਂ ਤੁਸੀਂ ਬੈਠੇ ਆ, ਕਿਰਨ ਆ, ਮੈਂ, ਆਪਾਂ ਤਿੰਨ ਜਣੇ ਅਸੀਂ ਲੋਕ ਬਣ ਗਏ ਜੇ ਹੁਣ ਆਪਾਂ ਗੱਲ ਕਰੀਏ, ਅਸੀਂ ਲੋਕ ਆ। ਹਾਂਜੀ ਬਿਲਕੁਲ ਸਹੀ ਤੁਸੀਂ ਕਿਹਾ। ਹਾਂਜੀ, ਤੇ ਇਹ ਜੇ ਹਰ ਕੋਈ ਇਹ ਗੱਲ ਨੂੰ ਆਪਣੇ ਪੱਲੇ ਬੰਨ ਲਵੇ ਕਿ ਜੇ ਕਿਸੇ ਨੇ ਯਕੀਨ ਕੀਤਾ ਆ, ਜਿਹੜਾ ਵਿਸ਼ਵਾਸ ਆ, ਜੇ ਆਪਾਂ ਹਰ ਕੋਈ ਇਸ ਵਿਸ਼ਵਾਸ ਨੂੰ ਕਹਿੰਦੇ ਆ ਸੱਚਾਈ ਦੇ ਵਿੱਚ ਲਿਜਾ ਕੇ ਰੱਖੀਏ, ਤੇ ਫਿਰ ਤਾਂ ਕੋਈ ਇਸ ਦੁਨੀਆਂ ਤੇ ਵੀ ਬਿਮਾਰ ਵੀ ਨਾ ਹੋਊਗਾ ਤੇ ਕੋਈ ਡਿਪਰੈਸ਼ਨ ਨਾਂ ਦੀ ਚੀਜ਼ ਵੀ ਨਹੀਂ ਰਹੂਗੀ। ਹਾਂਜੀ ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ। ਹਾਂਜੀ, ਫਿਰ ਮੇਰੇ ਡੈਡੀ ਦੀ ਲਾਈਕ ਮੌਤ ਤੋਂ ਬਾਅਦ ਫਿਰ ਬਸ ਲਾਈਫ ਚੱਲਦੀ ਰਹੀ। ਮੈਂ ਪੜ੍ਹਨ ਨੂੰ ਬਹੁਤ ਹੁਸ਼ਿਆਰ ਸੀਗੀ, ਅਸੀਂ ਤਿੰਨੇ ਭੈਣ ਭਰਾ ਸੀਗੇ, ਮੰਮ ਡੈਡ ਦੋਨੇ ਹੀ ਚਲੇ ਗਏ। ਮੇਰੇ ਡੈਡੀ ਦੀ ਡਾਕਟਰੀ ਦੀ ਦੁਕਾਨ ਸੀ, ਉਹ ਤੋਂ ਬਾਅਦ ਜਿੰਨਾ ਅਸੀਂ ਲਾਈਕ ਬਚਪਨ ਸਾਡਾ ਵਧੀਆ ਸੀ, ਜਿਹੜੀ ਉਹ ਜਵਾਨੀ ਸੀਗੀ ਉਨੀ ਹੀ ਉਹ ਸਾਡੀ ਲਾਈਕ ਬਹੁਤ ਬੁਰੀ ਤਰ੍ਹਾਂ ਨਿਕਲੀ। ਫਿਰ ਕਿਸਮਤ ਕਈ ਵਾਰ ਤੁਹਾਨੂੰ ਏਦਾਂ ਦੇ ਹਾਲਾਤਾਂ ਚ ਲੈਂਦੀ। ਫਿਰ ਮੇਰੇ ਨਾਨਾ ਜੀ ਰਾਜਸਥਾਨ ਤੋਂ ਆਏ ਸਾਡੇ ਕੋਲ ਰਹਿਣ, ਤੇ ਉਹਨਾਂ ਦੀ ਡੈਥ ਹੋ ਗਈ। ਅੱਛਾ ਜੀ। ਹਾਂਜੀ, ਤੇ ਫਿਰ ਮੇਰੀ ਦਾਦੀ ਸੀਗੀ, ਹਾਂਜੀ, ਤੇ ਉਹ ਸਾਡੇ ਸਹਾਰਾ ਬਣੀ, ਉਹਨਾਂ ਨੂੰ ਵੀ ਰੱਬ ਲੈ ਗਿਆ। ਅੱਛਾ ਜੀ। ਹਾਂਜੀ, ਫਿਰ ਮੇਰੇ ਚਾਚਾ ਜੀ ਸੀ ਯੂਪੀ ਚ ਰਹਿੰਦੇ, ਉਹ ਸਾਡੇ ਕੋਲ ਆਏ, ਉਹ ਵੀ ਚਲੇ ਗਏ। ਅੱਛਾ ਜੀ। ਬਸ ਹਾਂਜੀ, ਉਹ ਰੱਬ ਵੱਲੋਂ ਕਿ ਜਿੰਨੇ ਸਿਆਣੇ ਤੁਹਾਡੇ ਸਿਰ ਤੇ ਜਿਨ੍ਹਾਂ ਦਾ ਹੱਥ ਸੀਗਾ, ਹਾਂਜੀ, ਉਹ ਸਭ ਚਲੇ ਗਏ। ਹਾਂਜੀ ਆਪਾਂ ਨੂੰ ਜਦੋਂ ਵੱਡਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਉਹ ਉਮਰ ਵੀ ਉਹ ਆ ਕਿ ਆਪਾਂ ਨੂੰ ਵੱਡਿਆਂ ਦੀ ਜ਼ਰੂਰਤ ਆ ਉਸ ਵੇਲੇ। ਹਾਂਜੀ ਹਾਂਜੀ। ਤੇ ਤੁਹਾਡੇ ਤੁਸੀਂ ਕਿਹਾ ਤੁਹਾਡੇ ਭਰਾ ਦਾ ਵਿਆਹ ਹੋ ਗਿਆ, ਤੇ ਤੁਹਾਡੀ ਭਰਜਾਈ ਉਹਨਾਂ ਦਾ ਕਿੱਦਾਂ ਤੁਹਾਡੇ ਨਾਲ? ਹਾਂ ਠੀਕ ਸੀਗਾ ਭਰਜਾਈ। ਹਾਂਜੀ, ਤੇ ਤੁਹਾਡੇ ਨਾਲ ਕਲੋਜ਼ ਵੀ ਨਹੀਂ ਸੀਗੇ, ਪਰ ਮੇਰਾ ਜਿੱਦਾਂ ਅਸੀਂ ਤਿੰਨੇ ਭੈਣ ਭਰਾ ਦਾ ਸਾਡਾ ਬਹੁਤ ਜ਼ਿਆਦਾ ਪਿਆਰ ਆ। ਅੱਛਾ ਜੀ। ਹਾਂਜੀ, ਤੇ ਮੇਰੇ ਭਰਾ ਨੇ ਕਦੀ ਵੀ ਵਿਤਕਰਾ ਨਹੀਂ ਸੀ ਕੀਤਾ, ਜੇ ਉਹਨੇ ਰੋਟੀ ਖਾਣੀ ਸੀ ਹਨਾ ਤਿੰਨਾਂ ਭੈਣ ਭਰਾਵਾਂ ਨੇ, ਹਾਂਜੀ, ਤੇ ਜੇ ਉਹਨੇ ਉਹਦੀ ਦਿਨੀ ਮੱਖਣ ਤੁਹਾਨੂੰ ਪਤਾ ਹੁੰਦਾ ਸੀ ਘਰਾਂ ਦੇ ਵਿੱਚ ਦੁੱਧ ਵਗੈਰਾ ਸਾਰਾ ਕੁਛ, ਉਹਨੇ ਜੇ ਆਪਣੀ ਸਬਜ਼ੀ ਆ ਨਾ ਉਹਨੇ ਉਹਨੂੰ ਉਹਨੇ ਮੇਰੇ ਤਾਂ ਮੇਰੇ ਭਰਾ ਦੀ ਸਬਜ਼ੀ ਮਿਕਸ ਕਰਕੇ ਸਾਨੂੰ ਦੇਣੀ, ਉਹਨੇ ਇਹ ਕਹਿਣਾ ਕਿ ਮੇਰੀ ਭੈਣ ਇਹ ਜਾਂ ਮੇਰਾ ਭਰਾ ਇਹ ਨਾ ਸੋਚਣ ਕਿ ਇਹਦੇ ਘਰ ਵਾਲੀ ਇਹਨਾਂ ਨੂੰ ਜ਼ਿਆਦਾ ਖਾਣ ਨੂੰ। ਇੱਦਾਂ ਦੀਆਂ ਗੱਲਾਂ ਪਹਿਲਾਂ ਤਾਂ ਇੰਡੀਆ ਚ ਹੁੰਦੀਆਂ ਸੀ ਨਾ, ਹੁੰਦੀਆਂ ਸੀ। ਹਾਂਜੀ ਹਾਂਜੀ, ਤੇ ਭੈਣ ਭਰਾਵਾਂ ਦੀ ਆਪਸ ਦੇ ਵਿੱਚ ਉਹ ਖਿੱਚ ਵੀ ਹੁੰਦੀ ਆ, ਉਹ ਪਿਆਰ ਵੀ ਹੁੰਦਾ। ਹਾਂਜੀ ਹਾਂਜੀ, ਪਰ ਅੱਜ ਤੱਕ ਉੱਪਰ ਵਾਲੇ ਦੀ ਬਹੁਤ ਮਿਹਰ ਆ, ਅਸੀਂ ਤਿੰਨੇ ਭੈਣ ਭਰਾ ਬਹੁਤ ਜ਼ਿਆਦਾ ਕਲੋਜ਼ ਆ ਹਜੇ ਤੱਕ। ਹਾਂਜੀ, ਅਸੀਂ ਆਪਣਾ ਦੁੱਖ ਸੁੱਖ ਜਾਣੀ ਕਿ ਅਸੀਂ ਸਾਰਾ ਵੰਡਦੇ ਹਾਂ ਇੱਕ ਦੂਜੇ ਨਾਲ, ਬਹੁਤ ਜ਼ਿਆਦਾ ਸਾਡਾ ਪਿਆਰ ਆ। ਪਰਮਾਤਮਾ ਜਿੰਨਾ ਚਿਰ ਜ਼ਿੰਦਗੀ ਏਦਾਂ ਹੀ ਰੱਖੇ। ਹਾਂਜੀ ਹਾਂਜੀ, ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਚੀਜ਼ ਮਿਲਦੀ ਵੀ ਨਹੀਂ ਛੇਤੀ, ਚਾਹੇ ਸਕੇ ਭੈਣ ਭਰਾ ਆ ਆਪਾਂ, ਤੇ ਦੇਖੋ ਤੇ ਅੱਜ ਕੱਲ ਇਹ ਜਿਹੜਾ ਪਿਆਰ ਆ ਇਹ ਕਿਤੇ ਨਾ ਕਿਤੇ ਗਵਾਚਿਆ ਪਿਆ ਆ, ਬਹੁਤ ਘੱਟ ਆ। ਹਾਂਜੀ, ਮੈਂ ਬਹੁਤ ਜ਼ਿਆਦਾ ਇਸ ਗੱਲੋਂ, ਚਲੋ ਇੱਕ ਪਾਸੇ ਦੁੱਖ ਵੀ ਦਿੱਤਾ ਰੱਬ ਨੇ, ਦੂਜੇ ਪਾਸੇ ਮੈਂ ਆਪਣੇ ਆਪ ਨੂੰ ਉਸਤੇ ਜਿੱਦਾਂ ਹਜੇ ਵੀ ਕਹਿੰਦੀ ਕਿਸਮਤ ਵਾਲੀਆਂ ਕਿ ਰੱਬ ਨੇ ਮੈਨੂੰ ਮੇਰੇ ਜਿਹੜੇ ਭਰਾ ਦਿੱਤੇ ਆ ਉਹ ਮੇਰੇ ਤੇ ਜਾਨ ਦਿੰਦੇ ਆ, ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਆ, ਮੈਂ ਵੀ ਉਹਨਾਂ ਨੂੰ ਓਨਾ ਹੀ ਕਰਦੀ। ਹਾਂਜੀ ਹਾਂਜੀ, ਤੇ ਉਸ ਤੋਂ ਬਾਅਦ ਆਪਾਂ ਕਹਾਣੀ ਤੋਂ ਅੱਗੇ ਵਧੀਏ ਕਿ ਜਦੋਂ ਤੁਸੀਂ ਕਿੰਨੇ ਕੁ ਸਾਲ ਦੇ ਸੀਗੇ ਜਦੋਂ ਤੁਹਾਡੇ ਨਾਨਾ ਜੀ, ਦਾਦੀ ਜੀ, ਚਾਚਾ ਜੀ ਇਸ ਦੁਨੀਆਂ ਤੋਂ ਚਲੇ ਗਏ? ਫਿਰ ਮੇਰੇ ਜਿਹੜੇ ਨਾਨਾ ਜੀ ਤੇ ਫਿਰ 10 ਲਾਈਕ 12 ਸਾਲ ਦੀ ਸੀ ਜਦੋਂ ਮੇਰੇ ਡੈਡੀ ਦੀ ਡੈਥ ਹੋ ਗਈ। ਹਾਂਜੀ, ਨਾਨਾ ਜੀ ਫਿਰ ਮੈਂ ਲਾਈਕ 14 ਸਾਲ ਦੀ ਸੀਗੀ। ਹਾਂਜੀ ਹਾਂਜੀ, ਤੇ ਬਸ ਫਿਰ 16 ਸਾਲ ਦੇ ਵਿੱਚ ਲਾਈਕ ਮੇਰੀ ਦਾਦੀ ਮੁੱਕ ਗਈ। ਹਾਂਜੀ,
फिर नानी तो 6 मंथ बाद ही मेरे चाचा जी की डेथ हुई सी। अच्छा जी। हाँ जी, बस फिर ऐसे कहानी चलती रही दुखां दे विच ही, जाने के रोई जाना कई बार, जेड़े जेड़े जाने के सिवे सी ओह साडे घर दे बिलकुल पिछे सी, कई बार मैं सिविया वालू नठना जदों मां दी याद आउणी। हाँ जी, बहुत ज्यादा वो जाने के दर्द भरी आ कहानी। हाँ जी, हाँ जी। ते पर कित्थों लभणी मां ना, कोई भी फिर कहना भी नहीं होना, उदो जिदा जिदा उम्र बढ़ती जाती सी ते मां बाप की वो जिहड़ी सीगी कमी वो ज्यादा महसूस हुंदी सी। हाँ जी, हाँ जी। फिर बस मैं 10वीं तक पढ़ी, फिर मेरा रिश्ता हो गया। हाँ जी, जाने के मेरे जेडे हसबेंड आ उन्हां दी जेड़ी मामी वो साडे पिंड सी, तो मेरी भूआ सी, उन्होंने मेरा रिश्ता, मेरे हसबेंड की मासी भी उत्थे जांदे हुंदे सी। हाँ जी, ते उन्होंने जाके मेरा रिश्ता मांग लिया। हाँ जी, ते बस फिर मेरा रिश्ता इंडिया हो गया, हसबेंड गए इंडिया, देखिया सब कुछ ठीक सीगा, मेरी भूआ जी इत्थे इंग्लैंड विच रहिंदे सीगे। अच्छा जी। हाँ जी, ते फिर बस मेरा रिश्ता उत्थे कीता, पर ब्याह मेरी भूआ जी ने इत्थे कर दिता साडा। अच्छा, इत्थे आके तुहाडा ब्याह होया, तुसीं मंगणी करा के इत्थे आए आ। हाँ जी। अच्छा, जो तुहाडा रिश्ता कीता उदों फिर वड्डियां दे विच्चों तुहाडे कोल उत्थे इंडिया दे विच कौण सी? कोई बस मेरा भरा ही सीगा बस, पर ते मेरी भाभी सी, होर कोई भी नहीं भरा भरजाई दे। अच्छा, ओह सीगे उत्थे। बाकी मेरे नानके बहुत दूर रहिंदे राजस्थान, है ना। हाँ जी, हाँ जी, हाँ जी। पर जदों फिर मंगणी तो बाद सारे मेरे नानके भी आए, सब आए, है ना। ते क्योंकि फिर रिश्ता जाने के मेरे भूआ दे सहुरे सीगे, जाने के फैमिली दे विच्चों सी मेरे भूआ जी। फिर इधर इंग्लैंड विच मेरे खुद अपने भूआ जी सी, उन्होंने भूआ जी दे मुंडे सीगे सारे, भूआ जी दी कुड़ी। हाँ जी, हाँ जी, मेरे मामे दा मुंडा, मेरी मासी दा मुंडा, इत्थे भी काफी जिदा फैमिली सीगी साडी, है ना। हाँ जी, ते जो तुसी इंडिया तो आए हैं उदों थोड़ा बहुता तो मन दे विच खुशी होनी है कि मैं, हाँ हुण मेरा ब्याह हो जाना, मैं पर बाहर मैनू चल जाना। खुशी इन्नी नहीं सी, मैं इंग्लैंड आना नहीं सी चाहुंदी। अच्छा जी। हाँ जी, लोकां दा तो सुपना हुंदा है कि असीं बाहर जाइए। नहीं, मेरा, हाँ जी, मेरा बिल्कुल सुपना नहीं सी सच्ची। मैनू इंडिया दे नाल इन्ना ज्यादा प्यार सी ना, मैं कहना एक मेरे, मैं कहनी सी मैं कदी भी अपने भरावां नू छड्ड के नहीं जाना। हाँ जी, मैं कहनी सी मैं अपने भरावां नू कदी ना छड्ड के जावां। ते जो मैं फिर इन्ना बुखार मैनू चढ़िया, डॉक्टर दे लैके जाण, ओह कहिंदे किसे चीज़ नू सोचदी आ, है ना। हाँ जी, ते मेरे भरा ने कहा भी इंग्लैंड जाना, ते देखो किदां रोंदी आ, ते बहुत जाने के। हाँ जी, हाँ जी, ਉਹ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਉਹ ਪਿਆਰ ਦਾ ਡਰ ਲਾ ਲਓ ਚਾਹੇ ਕਿਸੇ ਤਰ੍ਹਾਂ ਦਾ, ਉਹ ਮਨ ਚ ਹੁੰਦਾ ਕਿ ਮੈਂ ਆਪਣਿਆਂ ਨੂੰ ਛੱਡ ਕੇ ਪਹਿਲਾਂ ਹੀ ਆਪਣੇ ਸਾਰੇ ਵਿਛੜ ਗਏ, ਇਸ ਦੁਨੀਆਂ ਤੋਂ ਚਲੇ ਗਏ ਆ, ਤਾਂ ਦੋ ਮੇਰੇ ਬਹੁਤ ਜ਼ਿਆਦਾ ਆਪਣੇ ਪਿਆਰੇ ਮੇਰੇ ਕੋਲ ਆ, ਉਹਨਾਂ ਨੂੰ ਛੱਡ ਕੇ ਜਾਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਉਸ ਟਾਈਮ ਤੇ। ਉਹੀ ਤੁਹਾਡੇ ਖੂਨ ਸੀ ਜੇ ਆਪਾਂ ਦੇਖੀਏ। ਹਾਂ ਜੀ, ਹਾਂ ਜੀ, ਹਾਂ ਜੀ। ਤੇ ਬਹੁਤ ਜ਼ਿਆਦਾ ਮੈਂ ਆਪਣੇ ਭਰਾ ਨੂੰ ਕਹਿਣਾ ਮੈਨੂੰ ਤੂੰ ਹਥਿਆਰ ਨਹੀਂ ਦੇਣਾ ਚਾਹੁੰਦਾ, ਬਿਸਕੁਟਾਂ ਦਾ ਪੀਪਾ ਨਹੀਂ ਦੇਣਾ ਚਾਹੁੰਦਾ, ਤਾਂ ਤੂੰ ਕਰਕੇ ਮੈਨੂੰ ਬਾਹਰ ਸਿੱਟਣ ਲੱਗਾ, ਇੱਦਾਂ ਮੈਨੂੰ ਇੱਦਾਂ ਲੜਨਾ ਭਰਾ ਆਪਣੇ ਨਾਲ ਵੱਡੇ ਨਾਲ, ਹੈ ਨਾ। ਉਹ ਕਹਿੰਦਾ ਕੋਈ ਨੀ ਤੈਨੂੰ ਬਿਸਕੁਟਾਂ ਦਾ ਪੀਪਾ ਇੰਗਲੈਂਡ ਦਿਆ ਕਰਨਗੇ। ਹਾਂਜੀ, ਹਾਂਜੀ, ਤੇ ਹਾਂਜੀ, ਇੱਦਾਂ ਦੀਆਂ ਗੱਲਾਂ। ਬਸ ਫਿਰ ਮੈਂ ਇੱਥੇ ਆ ਗਈ, ਮੈਂ ਆਪਣੀ ਭੂਆ ਜੀ ਉਹਨਾਂ ਕੋਲ 3 ਮਹੀਨੇ ਰਹੀ ਸਾਊਥ। ਹਾਂਜੀ, ਹਾਂਜੀ, ਤੇ ਫਿਰ ਮੇਰੀ ਜਿਹੜੀ ਮੰਮ ਸੀ ਲਾਈਕ ਵਿਆਹ ਤੋਂ ਬਾਅਦ ਵਾਲੀ ਮੰਮ, ਹਾਂਜੀ, ਉਹ ਰੱਬ ਦਾ ਰੂਪ, ਤੁਹਾਡੀ ਤੁਹਾਡੀ ਸੱਸ ਹੈ ਨਾ। ਹਾਂਜੀ, ਹਾਂਜੀ, ਹਾਂਜੀ। ਤੇ ਉਹ ਮੰਮ ਨੇ ਮੈਨੂੰ ਇੰਨਾ ਪਿਆਰ ਦਿੱਤਾ, ਜਦੋਂ ਜਿਸ ਦਿਨ ਉਹ ਮੈਨੂੰ ਆਏ ਆ ਪਹਿਲੀ ਵਾਰ ਮੈਂ, ਮੇਲੇ ਸੂਟ, ਮੇਲੇ ਜੁੱਤੀ, ਜਾਣੀ ਕਿ ਜਿਹੜੇ ਮਾਂ ਚਾਹ ਕਰਦੀ ਹੁੰਦੀ ਹੈ ਨਾ, ਹਾਂਜੀ, ਉਹ ਮੈਨੂੰ ਉਸ ਮਾਂ ਤੋਂ ਪਿਆਰ ਮਿਲਿਆ। ਇਹੀ ਚੀਜ਼ ਹੁੰਦੀ ਆ ਕਿ ਜਦੋਂ ਕਹਿੰਦੇ ਤੁਹਾਡੀ ਜੀਵਨ ਦੇ ਵਿੱਚ ਨਾ ਕੋਈ ਸਪੈਸ਼ਲੀ ਕੁੜੀਆਂ ਆ, ਜੇ ਉਹਨਾਂ ਦੀ ਕੋਈ ਨਾ ਕੋਈ ਕਮੀ ਹੈਗੀ ਆ, ਕੋਈ ਨਾ ਕੋਈ ਰਿਸ਼ਤੇ ਦੀ ਕਮੀ ਆ, ਚਾਹੇ ਪਿਓ ਵੱਲੋਂ ਆ, ਮਾਂ ਵੱਲੋਂ ਆ, ਭਰਾ ਵੱਲੋਂ ਆ, ਜਾਂ ਭੈਣ ਵੱਲੋਂ ਆ, ਜਦੋਂ ਆਪਾਂ ਦੂਸਰੇ ਘਰ ਜਾਂਦੇ ਹਾਂ, ਜੇ ਆਪਾਂ ਨੂੰ ਉਹ ਰਿਸ਼ਤੇ ਜਿਹੜੇ ਆ ਉਹ ਇਹ ਅਹਿਸਾਸ ਨਾ ਕਰਾਉਣ ਕਿ ਅਸੀਂ ਦੂਸਰੇ ਘਰ ਦੇ ਹਾਂ, ਉਹ ਆਪਣਿਆਂ ਵਾਂਗੂ ਤੁਹਾਨੂੰ ਟ੍ਰੀਟ ਕਰਨ, ਤਾਂ ਤੁਹਾਨੂੰ ਉਹ ਦੁੱਖ ਭੁੱਲ ਜਾਂਦਾ। ਜਿੱਦਾਂ ਤੁਸੀਂ ਕਿਹਾ ਆ ਕਿ ਤੁਹਾਡੇ ਮਦਰ ਇਨ ਲੋ ਜਿਹੜੇ ਆ ਉਹਨਾਂ ਨੇ ਤੁਹਾਨੂੰ ਤੁਹਾਡੀ ਮੰਮੀ ਵਾਂਗੂ ਪਿਆਰ ਦਿੱਤਾ। ਹਾਂਜੀ, ਹਾਂਜੀ, ਤੇ ਕਿਤੇ ਨਾ ਕਿਤੇ ਤੁਹਾਡਾ ਅੰਦਰੋਂ ਮਨ ਖੁਸ਼ ਆ। ਮੇਰੀ ਮਾਂ ਵੀ ਹੁੰਦੀ ਸ਼ਾਇਦ ਮੈਨੂੰ ਉਹ ਪਿਆਰ ਨਾ ਮਿਲਦਾ ਜੋ ਮੈਨੂੰ ਮੇਰੀ ਇਸ ਮਾਂ ਤੋਂ ਮਿਲਿਆ। ਹਾਂਜੀ, ਹਾਂਜੀ, ਨਾ ਅਸੀਂ ਕਦੀ ਸੱਸ ਨੂੰ ਵਾਲਾ ਰਿਸ਼ਤਾ ਸ਼ੇਅਰ ਕੀਤਾ। ਹਾਂਜੀ, ਮੈਨੂੰ ਨਹੀਂ ਪਤਾ ਸੱਸ ਕੀ ਹੁੰਦੀ ਆ ਤੇ ਮੇਰੀ ਮਾਂ ਨੂੰ ਨਹੀਂ ਪਤਾ ਸੀ। ਹੁਣ 3 ਸਾਲ ਹੋ ਗਏ ਉਹਨਾਂ ਦੀ ਵੀ ਡੈਥ ਹੋ ਗਈ, ਉਹਨੂੰ ਵੀ ਰੱਬ ਲੈ ਗਿਆ। ਅੱਛਾ ਜੀ, ਅੱਛਾ ਜੀ, ਪਰ ਸਾਨੂੰ ਨਹੀਂ ਸੀ ਪਤਾ ਕਿ ਸੱਸ ਨੂੰ ਕੀ ਹੁੰਦੀ ਆ। ਹਾਂਜੀ, ਹਾਂਜੀ, ਉਹਨੂੰ ਮੇਰੇ ਉਹਨਾਂ ਨੇ ਮੈਨੂੰ ਢਿੱਡ ਨਾ ਲਾਉਣਾ, ਹਾਂਜੀ, ਹਰ ਚੀਜ਼ ਮੇਰੇ ਲਈ ਕਰਨੀ। ਹਾਂਜੀ, ਹਾਂਜੀ, ਵਿਆਹ ਤੋਂ ਬਾਅਦ ਫਿਰ ਮੈਂ ਜਦੋਂ ਵਿਆਹ ਹੀ ਗਈ ਆਪਣੇ ਘਰ ਆ ਗਈ ਦੂਸਰੇ, ਜਦ ਵਿਆਹ ਤੋਂ ਬਾਅਦ ਮੰਮ ਡੈਡ ਦੋਨੇ ਬਹੁਤ ਚੰਗੇ ਸੀ,
ਤੇ ਡੈਡੀ ਦੀ ਵੀ ਬਹੁਤ ਛੇਤੀ, ਜਾਣੀ ਕਿ ਮੈਨੂੰ ਲੱਗਦਾ 5-6 ਸਾਲ ਬਾਅਦ ਇਹ ਡੈਡੀ ਵੀ ਪੂਰੇ ਹੋ ਗਏ। ਹਾਂਜੀ ਹਾਂਜੀ। ਫਿਰ ਮੰਮ ਸੀਗੀ, ਮੈਂ ਸੀ, ਹਸਬੈਂਡ ਸੀ ਤੇ ਮੇਰੀ ਨਨਾਣ ਉਹ ਸੀਗੀ ਜਿੱਦਾਂ ਨਾ। ਫਿਰ ਪਰ ਉਹਦਾ ਵੀ ਵਿਆਹ ਸੀ ਕੈਨੇਡਾ ਕਰਿਆਂਦਾ ਸੀ, ਉਹ ਕੈਨੇਡਾ ਰਹਿੰਦੀ ਹੁਣ। ਅੱਛਾ ਜੀ। ਹਾਂਜੀ। ਤੇ ਪਰ ਉਹ ਵੀ ਮੈਨੂੰ ਨਨਾਣ ਵੀ ਭੈਣ ਦੇ ਰੂਪ ਚ ਮਿਲੀ। ਹਾਂਜੀ। ਤੇ ਜਿਹੜੀ ਮਾਂ ਆ ਤੇ ਵਿਆਹ ਤੋਂ ਬਾਅਦ ਵਾਲੀ ਮਾਂ ਆ, ਮੈਂ ਸੱਸ ਸ਼ਬਦ ਨਹੀਂ ਯੂਜ਼ ਕਰਨਾ ਚਾਹੁੰਦੀ ਕਿਉਂਕਿ ਜ਼ਿਆਦਾਤਰ ਲੋਕ ਕਹਿੰਦੇ ਸਾਡੀਆਂ ਸੱਸਾਂ ਮਾੜੀਆਂ। ਹਾਂਜੀ। ਤੇ ਪਰ ਮੈਂ ਸੱਸ ਨਹੀਂ ਯੂਜ਼ ਸ਼ਬਦ ਨਹੀਂ ਯੂਜ਼ ਕਰਦੀ, ਉਹ ਮੇਰੀ ਮਾਂ ਸੀ, ਦੂਜੀ ਮਾਂ ਜਿਹੜੀ ਵਿਆਹ ਤੋਂ ਬਾਅਦ ਸਾਨੂੰ ਮਿਲਦੀ। ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ ਆ। ਪਰ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਜਦੋਂ ਆਪਣੀ ਸੱਸ ਆ ਉਹ ਮਾਂ ਬਣਦੀ ਆ, ਤੇ ਜੇ ਆਪਾਂ ਵੀ ਮੂਹਰੇ ਧੀ ਵਾਂਗੂ ਉਹਨਾਂ ਰਹਿੰਦੇ ਆ, ਜਾਂ ਜੇ ਨੌਂ ਧੀ ਬਣਦੀ ਆ ਤਾਂ ਸੱਸ ਵੀ ਮਾਂ ਵਾਂਗੂ ਰਹਿੰਦੀ ਆ, ਤੇ ਫੇਰ ਤਾਂ ਕੋਈ ਗੱਲ ਹੀ ਨਹੀਂ ਹੈਗੀ। ਹਾਂਜੀ ਬਿਲਕੁਲ। ਇਹ ਤੋਂ ਉਪਰੰਤ ਕੁਛ ਨਹੀਂ, ਕਿਉਂਕਿ ਜ਼ਿਆਦਾ ਸਮਾਂ ਆਪਾਂ ਜਿਹੜਾ ਦੂਸਰੇ ਘਰ ਗੁਜ਼ਾਰਨਾ ਹੁੰਦਾ ਆ। ਹਾਂਜੀ। ਕਹਿੰਦੇ ਨੇ ਮਾਂ ਬਾਪ ਆਪਣੇ ਜਿਨ੍ਹਾਂ ਨੇ ਜੰਮਣ ਵਾਲੇ ਉਹਨਾਂ ਨਾਲ ਤਾਂ ਥੋੜ੍ਹਾ ਟਾਈਮ ਆਪਾਂ ਗੁਜ਼ਾਰਦੇ ਹਾਂ। ਹਾਂਜੀ। ਤੇ ਵਿਆਹ ਤੋਂ ਬਾਅਦ ਜਿਹੜਾ ਸਮਾਂ ਆ ਉਹ ਆਪਾਂ ਜ਼ਿਆਦਾ ਆਪਾਂ ਉਸ ਘਰ ਗੁਜ਼ਾਰਨਾ ਹੁੰਦਾ ਆ। ਹਾਂਜੀ। ਹੁਣ ਜਦੋਂ ਮੇਰੇ ਮੰਮ ਬਿਮਾਰ ਰਹੇ, 3 ਸਾਲ 3 ਕੁ ਸਾਲ ਹੋਇਆ ਪੂਰੇ, ਉਹਨੂੰ 2.5 ਸਾਲ ਬਹੁਤ ਜ਼ਿਆਦਾ ਬਿਮਾਰ ਰਹੇ ਆ, ਹੋਸਪਿਟਲ ਸੀ ਆਉਣਾ, ਘਰ ਚਲੇ ਜਾਣਾ, ਜਾਣੀ ਕਿ ਹੈ ਨਾ। ਹਾਂਜੀ। ਤੇ ਉਹਨਾਂ ਨੂੰ ਮੈਂ ਇਹੀ ਕਹਿਣਾ, ਵੀਡੀਓ ਬਣਾ ਬਣਾ ਰੱਖੀਆਂ ਇਸ ਮਾਂ ਦੀਆਂ, ਕਿਉਂਕਿ ਪੰਜਾਬ ਵਾਲੀ ਮਾਂ ਦਾ ਤਾਂ ਕੁਛ ਉਦੋਂ ਨਾ ਕੋਈ ਫੋਟੋ ਹੁੰਦੀ ਸੀ, ਪਰ ਹੈਗੀਆਂ ਜਿੱਦਾਂ ਧੁੰਦਲੀ ਧੁੰਦਲੀ, ਕੋਈ ਸਹੀ ਕੁਛ ਨਹੀਂ ਦਿੰਦਾ। ਇਸ ਮਾਂ ਦੀਆਂ ਫੋਟੋ ਬਣਾਈਆਂ, ਵੀਡੀਓ ਬਣਾਈਆਂ। ਹਾਂਜੀ। ਇਸ ਮਾਂ ਨੂੰ ਇਹੀ ਕਹਿਣਾ, ਮਾਂ ਜੇ ਮੈਂ ਕਦੀ ਇਨਸਾਨ ਦੇ ਰੂਪ ਦੇ ਵਿੱਚ ਜਨਮ ਲਵਾਂ, ਤੂੰ ਮੇਰੀ ਜਾਣੀ ਕਿ ਵਿਆਹ ਤੋਂ ਬਾਅਦ ਵਾਲੀ ਮਾਂ ਤੂੰ ਹੀ ਮੇਰੀ ਬਣੇ, ਕਿਉਂਕਿ ਜਿਹੜੀ ਜਨਮ ਦੇਣ ਵਾਲੀ ਮਾਂ ਆ ਉਹ ਤਾਂ ਸਿਰਫ 15-20 ਜਾਂ 25 ਸਾਲ ਹੋਊਗੀ। ਹਾਂਜੀ ਹਾਂਜੀ। ਜਿਹੜੀ ਵਿਆਹ ਤੋਂ ਬਾਅਦ ਮਾਂ ਬਣਦੀ ਆ ਉਹ ਹਮੇਸ਼ਾ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ। ਹਾਂਜੀ ਬਿਲਕੁਲ ਸਹੀ ਆ। ਹਾਂਜੀ ਹਾਂਜੀ। ਤੇ ਉਹ ਤੋਂ ਹਾਂਜੀ, ਜਦੋਂ ਤੁਸੀਂ ਆਏ ਆਪਣਾ ਵਿਆਹ ਕਰਕੇ ਸੋਰੀ ਆਏ ਆ, ਤੁਹਾਨੂੰ ਬਹੁਤ ਪਿਆਰ ਮਿਲਿਆ, ਸੱਸ ਦਾ, ਸੱਸ ਨੇ ਵੀ ਕਹਿੰਦੇ ਤੁਹਾਡੇ ਮੰਮੀ ਦਾ, ਹਾਂਜੀ ਹਾਂਜੀ, ਮੰਮ ਦਾ ਪਿਆਰ ਮਿਲਿਆ, ਡੈਡ ਦਾ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਪਿਆਰ ਮਿਲਿਆ ਫੈਮਿਲੀ ਚੋਂ। ਮੈਨੂੰ ਇਦਾਂ ਲੱਗਦਾ ਨਹੀਂ ਸੀ ਕਿ ਮੈਂ ਸਹੁਰੇ ਘਰ ਆਈ ਹਾਂ। ਹਾਂਜੀ ਹਾਂਜੀ, ਕਿਉਂਕਿ ਪਹਿਲੀ ਵਾਰ ਮੈਂ ਜ਼ਿੰਦਗੀ ਦੇ ਵਿੱਚ, ਮੈਨੂੰ ਉਹ ਖੁਸ਼ੀ ਤੇ ਉਹ ਜਿਹੜੀ ਆਜ਼ਾਦੀ, ਹਾਂਜੀ ਜਿਹੜੀ ਅਸੀਂ ਬਚਪਨ ਜਾਂ ਜਵਾਨੀ ਦੇ ਵਿੱਚ ਚਾਹੁੰਦੇ ਹਾਂ, ਅਸੀਂ ਸਾਨੂੰ ਇੰਡੀਆ ਦੇ ਵਿੱਚ, ਹੁਣ ਤਾਂ ਅੱਜ ਕੱਲ੍ਹ ਤਾਂ ਚਲੋ ਸਾਰੇ, ਮੇਰੀ ਵੀ ਕੁੜੀ ਆ, ਮੇਰਾ ਵੀ ਮੁੰਡਾ, ਆਪਾਂ ਉਹਨਾਂ ਨੂੰ ਸਾਰੇ ਦਿੰਦੇ ਹਾਂ ਕਿ ਫੈਸ਼ਨ ਕਰ ਲਓ, ਕੱਪੜਾ ਪਾ ਲਓ, ਆਪਾਂ ਸਾਰੇ ਇਜਾਜ਼ਤ ਦਿੰਦੇ ਹਾਂ, ਜਿਹੜੀ ਆਪਾਂ ਇੰਨੇ ਸਟ੍ਰਿਕਟ ਨਹੀਂ ਗਏ ਹੈ ਨਾ। ਤੇ ਜਦੋਂ ਉਸ ਟਾਈਮ ਤੇ ਸਾਡੇ ਟਾਈਮ ਦੇ ਵਿੱਚ, ਅੱਜ ਤੋਂ 20-30 ਸਾਲ ਪਹਿਲਾਂ, ਸਾਰੇ ਤੁਹਾਨੂੰ ਵੀ ਪਤਾ ਬਹੁਤ ਜ਼ਿਆਦਾ ਸਟ੍ਰਿਕ ਸੀਗੇ, ਹੈ ਨਾ। ਹਾਂਜੀ ਹਾਂਜੀ। ਉਦੋਂ ਤਾਂ ਕਹਿ ਦਿੰਦੇ ਹੁੰਦੇ ਸੀ ਕੋਈ ਤੁਸੀਂ ਮਾੜਾ ਮੋਟਾ ਆਪਣਾ ਕੱਪੜਾ ਲੀੜਾ ਵੀ ਪਾਉਣਾ, ਕਹਿਣਾ ਵੀ ਇਦਾਂ ਦਾ ਕੱਪੜਾ ਲੀੜਾ ਨਾ ਪਾਓ, ਆਪਣੇ ਘਰ ਜਾ ਕੇ ਪਾਇਓ। ਹਾਂਜੀ ਬਸ ਆਹੀ ਹੁੰਦਾ। ਹਾਂਜੀ ਤੁਸੀਂ ਆਪਣੇ ਘਰ ਜਾ ਕੇ ਪਾਇਓ, ਉਹ ਵੀ ਜੇ ਮੂਹਰੇ ਘਰ ਚੰਗਾ ਮਿਲ ਜਾਵੇ ਤਾਂ ਪਾਉਣ ਦਿੰਦੇ ਸੀਗੇ, ਜੇ ਉਹ ਵੀ ਮੂਹਰੇ ਸਟ੍ਰਿਕਟ ਆ ਤਾਂ ਫਿਰ ਨਹੀਂ। ਹਾਂਜੀ ਹਾਂਜੀ, ਨਹੀਂ ਇੱਦਾਂ ਹੀ ਸੀਗਾ। ਉਹ ਜਿਹੜੇ ਚਾਹ ਮੈਂ ਜਿਹੜੇ ਜਵਾਨੀ ਚ ਨਹੀਂ ਪੂਰੇ ਕੀਤੇ, ਬਚਪਨ ਚ ਜਿੰਨਾ ਚਿਰ ਮਾਂ ਬਾਪ ਸੀਗੇ ਉਹ ਵੀ ਚਾਹ ਪੂਰੇ ਕੀਤੇ, ਜਿਹੜੀ ਜਵਾਨੀ ਸੀਗੀ ਉਹ ਰੋਲਦਿਆਂ ਨਿਕਲੀ ਆ। ਹਾਂਜੀ ਹਾਂਜੀ। ਕਹਿੰਦੇ ਆ ਨਾ ਵੀ ਕਈ ਵਾਰੀ ਜਿਹੜਾ ਆਪਣਾ ਦੁੱਖ ਆ ਨਾ, ਜੇ ਆਪਾਂ ਨੂੰ ਬਚਪਨ ਚ ਜ਼ਿਆਦਾ ਦੁੱਖ ਮਿਲਿਆ ਹੁੰਦਾ ਜਾਂ ਜਵਾਨੀ ਚ ਜ਼ਿਆਦਾ ਮਿਲਿਆ ਹੁੰਦਾ, ਤੇ ਅੱਗੋਂ ਜਾ ਕੇ ਆਪਾਂ ਨੂੰ ਸੁੱਖ ਮਿਲਦਾ ਆ, ਅੱਗੋਂ ਜਾ ਕੇ ਆਪਾਂ ਨੂੰ ਖੁਸ਼ੀ ਮਿਲਦੀ ਆ, ਤੇ ਪਹਿਲਾਂ ਜਿਹੜਾ ਆ ਪਹਿਲਾਂ ਦੁੱਖ ਆਪਾਂ ਨੂੰ ਭੁੱਲ ਜਾਂਦਾ ਆ। ਹਾਂਜੀ। ਜੇ ਬੁਢਾਪੇ ਦੇ ਵਿੱਚ ਕਹਿੰਦੇ ਆਪਾਂ ਨੂੰ ਸੁੱਖ ਮਿਲਦਾ ਆ, ਤਾਂ ਉਹ ਜਿਹੜਾ ਜਵਾਨੀ ਦਾ ਦੁੱਖ ਉਹ ਭੁੱਲ ਜਾਂਦਾ। ਹਾਂਜੀ 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 ਮੈਂ ਹਾਂਜੀ। ਤੇ ਇਸ ਮੇਰੀ ਮਾਂ ਨੇ ਮੇਰੇ ਸਾਰੇ ਚਾਹ ਪੂਰੇ ਕੀਤੇ। ਹਾਂਜੀ। ਮੈਂ ਅੱਜ ਮੈਂ ਕਹਿੰਦੀ ਆ ਕਿ ਮੈਨੂੰ, ਮੈਂ ਆਪਣੇ ਹਸਬੈਂਡ ਤੋਂ ਵੀ ਜ਼ਿਆਦਾ ਮੈਂ ਆਪਣੀ ਮਾਂ ਦਾ ਪਿਆਰ ਕਰਦੀ ਸੀ, ਕਰਦੀ ਹਾਂ, ਤੇ ਜਿੰਨਾ ਚਿਰ ਮੇਰੇ ਚ ਵਿੱਚ ਜਾਨ ਆ ਮੈਂ ਕਰਦੀ ਰਹਾਂਗੀ। ਹਾਂਜੀ। ਇਹ ਵੀ ਜਿਹੜੇ ਤੁਸੀਂ ਅੱਜ ਇਹ ਗੱਲ ਕੀਤੀ ਹੈ ਬਹੁਤ ਵੱਡੀ ਉਦਾਹਰਨ ਆ ਸਾਰਿਆਂ ਲਈ। ਹਾਂਜੀ। ਕਿ ਆਪਾਂ ਸਾਰੇ ਇਹ ਨਹੀਂ ਕਹਿ ਸਕਦੇ ਕਿ ਜਿੱਦਾਂ ਸੱਸਾਂ ਜਿਹੜੀਆਂ ਉਹ ਸਾਨੂੰ ਮਾਂ ਦਾ ਪਿਆਰ ਨਹੀਂ ਦਿੰਦੀਆਂ। ਹਾਂਜੀ ਹਾਂਜੀ, ਤੁਸੀਂ ਬਹੁਤ ਵੱਡੀ ਐਗਜ਼ਾਮਪਲ ਦਿੱਤੀ ਹੈ ਸਾਰਿਆਂ ਨੂੰ ਕਿ ਨਹੀਂ, ਸੱਸਾਂ ਸੱਸਾਂ ਹੀ ਨਹੀਂ ਆ, ਉਹ ਮਾਂ ਨੂੰ ਵੀ ਉੱਪਰ ਆ। ਹਾਂਜੀ ਹਾਂਜੀ। ਫੇਰ ਦੇਖੋ, ਜਦੋਂ ਮੈਂ ਕਿਤੇ ਜਾਣਾ, ਮੈਂ ਜਾਣੀ ਕਿ ਕੱਪੜਾ ਲੀੜਾ ਪਾਉਣਾ ਆਉਂਦੀ ਨੀ, ਉਹਨੇ ਮੇਰੇ ਤੇ ਮਿਰਚਾਂ ਛਵਾਉਣੀਆਂ। ਹਾਂਜੀ। ਕਿ ਉਹ ਧੀ ਕਹਿੰਦੀ ਸੀ, ਉਹਨੇ ਕਦੀ ਲਫ਼ਜ਼ ਨਹੀਂ ਸੀ ਮੰਮਾ ਨੇ ਯੂਜ਼ ਕੀਤਾ ਕਿ ਤੁਸੀਂ, ਮੈਂ ਮਾਂ ਹੀ ਕਹਿੰਦੀ ਹੁੰਦੀ ਸੀ, ਮਾਂ ਮਾਂ ਇੱਦਾਂ ਨਹੀਂ, ਮੰਮੀ ਜੀ ਤੁਸੀਂ ਇੱਦਾਂ ਨਹੀਂ ਸੀਗਾ, ਜਾਣੀ ਕਿ ਕੋਈ ਫਾਰਮੈਲਿਟੀ ਨਹੀਂ ਸੀ ਹੁੰਦੀ ਸਾਡੇ ਵਿੱਚ, ਹੈ ਨਾ। ਹਾਂਜੀ ਹਾਂਜੀ। ਮੈਂ ਕਦੀ ਵਾਰ ਕਹਿਣਾ, ਮੰਮੀ ਮੇਰਾ ਦਿਲ ਨਹੀਂ ਲੱਗਦਾ, ਮੈਂ ਕਿਹਾ ਮੰਮੀ ਤੁਹਾਡੇ ਨਾਲ ਸੌ ਜਾ, ਉਹਨੇ ਕਹਿਣਾ ਆ ਜਾ, ਅਸੀਂ ਮਾਮਾ ਧੀਆਂ ਨੇ ਸੌ ਜਾਣਾ। ਅੱਛਾ ਜੀ। ਹਾਂਜੀ। ਫੇਰ ਅਸੀਂ ਸ਼ੋਪਿੰਗ ਇਕੱਠਿਆਂ ਨੇ ਜਾਣਾ। ਹਾਂਜੀ। ਫੇਰ ਮੰਮ ਨੇ ਜਿੱਦਾਂ ਮੈਂ, ਉਹਨਾਂ ਨੇ ਨਾ ਜਦੋਂ ਜਾਣਾ, ਮੰਮੀ ਨੂੰ ਕੱਪੜੇ ਸੀਨ ਦਾ ਬਹੁਤ ਸ਼ੌਂਕ ਸੀਗਾ। ਹਾਂਜੀ
हाँ जी, ते जदों मम्मा उन्होंने जाना शॉप ते उन्हें ना डमी तो सूट लियाना ला के हाँ जी ते आ के सी के ते हाँ आप जी सवेर नूं काम ते चले जाना, ते मैनूं कहना वो सूट पा ली जिहड़ा मैं कल सीता सीगा। अच्छा जी हाँ जी, ते फिर जदों किसी गैस्ट ने आना आप 4 बजे उठ के दाल सब्जी सारा कुछ बना देना, जदों किसी ने आना कहना मेरी धी ने बनाया। अच्छा हाँ जी, जी मैं इदा कहनी भी ऐदा कोई दी कोई माँ, करदा। हाँ जी ऐदा दी माँ मैं कहनी परमात्मा सब नू दवे। हाँ जी हाँ जी हाँ जी, ते उस गलो फिर चलो तो मैं खुशी हुई, फिर मेरे 2 बच्चे हुए, कुड़ी ते मुंडा हुए है ना मेरे। हाँ हाँ जी जी हाँ जी, ते ते हो बस हुण जी जिदां तुसीं कहिंदे कि तुहानूं बचपन तों लै के ते काफ़ी दुख सहने पए, तुहानूं कितें ना कितें हाँ इदां भी जी लगा कि उहदे नाल तुहानूं कोई कहिंदे हुंदे कि किसे तर्हां दा अंदर जिदां कई वारी आपां नूं हो जाता कि एंगजाइटी हो जाती हाँ है जी जां हाँ आपां जी नूं हाँ कोई जी, होर, वो तुहानूं गल कोई थोड़ी इदां हमेशा इदां भी नहीं कदी कोई फीलिंग हुई कि अंदर कोई घुटन हाँ जां जी अपने हाँ कुछ। जी, पता की हुण ये मेरी होर एक तुसी फिर पार्ट 2 च करियो, क्योंकि ये भी बहुत बड़ी मेरी नाल वापरिया, हाँ इन्हें जी एंजाइटी डिप्रेशन हाँ जी ओसीडी ऑब्सेशन कंपल्सिव डिसऑर्डर हजे तक भी है, ये भी मैनूं बहुत ज्यादा, मैं सही है भी लाइफ दे विच। अच्छा जी हाँ जी, ये नहीं कि मैं लाइफ दे विच मैनूं खुशी मिल गई, पर जदों बच्चे हुए वो लाइफ मेरी फिर जाने के फिर दुखां जाने के वो फिर लाइक मेनू शरीर वालों हाँ जी मेनू वो दर्द सहना पिया। अच्छा जी हाँ जी ते फिर जो तुसीं क्या है कि तुहाडे बच्चे हुए आ, हुण तक बच्चे वड्डे हो गए आ, जवान हो गए हाँ वे। जी हाँ जी हाँ हाँ जी जी ते हुण तुसीं जे सानूं दसो कि जदों तुहाडे बच्चे हुए उस तों बाद हुण तिकर तुहाडी किद्दां दी लाइफ रही आ। हाँ जी, बच्चों तो बाद मैं बहुत खुश सी, बच्चे हुए जदों पहला मेरे बेटा आया तो फिर लाइक 1.5 साल बाद मेरे बेटी हुई। हाँ हाँ जी जी, जदों बच्चे हुए ना फिर उदों मैनू पता लगा कि माँ की चीज होंगी है वो, हाँ जी फिर मैनू उस तो बाद हौली हौली बच्चे थोड़े बड़े हुए 3-4 साल दे, तो फिर मैनू डिप्रेशन होना शुरू हो गया, क्योंकि मैनू तो पता भी है नहीं सी कि डिप्रेशन होंगे की है। हाँ जी हाँ जी, आज तो 20 साल पहला वो ये नवी प्रॉब्लम सी। हाँ जी, हाँ जी हाँ जी ते ते फिर वो तुहानूं फिर डॉक्टर ने यह गल दसी है कि नहीं, तुसीं हाँ जी मैनू ओसीडी हो गई सी, लाइक मैनू हर चीज इदा खराब लगनी, मैं किसी भी जे मैं बस विच जाना मैं कपड़े सिट देने, जाने के बहुत ज्यादा मैनू ऑब्सेशन कंपल्सिव डिसऑर्डर हो गया सीगा, अच्छा जी ते मैं बाथ ले जाना, मैं 6-6 बार नहाई जाना, बहुत ज्यादा जाने के प्रॉब्लम दे विचों मैं नंगी हाँ। अच्छा जी हाँ जी, ते मैं बहुत ज्यादा सफर किया, फिर जदों मैनू फिर डॉक्टर नू मैं दसना भी मेरे आ हालात आ, ते फिर डॉक्टर ने कहना तेनू डिप्रेशन है। डिप्रेशन की हुंदा हुण तां अजकल ते आपां हर कोई चीज गूगल ते पा के पता कर लेने कि यह की बीमारी है, क्यों हुंदी है, रीजन की है ना। हाँ जी हाँ जी, उन्होंने काउंसलिंग भेजना, जाने के बहुत बच्चा वो बच्चे छोटे, मेरा बचपना मेरे माँ बाप चले गए ता मेरा खराब हो गया, हाँ जी मेरे बच्चों का बचपन मेरे चलो हस्बैंड ने बहुत ज्यादा मदद की है, हाँ जी पहला मैं काम नहीं किया, मैं बच्चों को मैं कहा मैं बेबी सीटर को नहीं छड़ना, घर ले लिया सीगा बस एक, हाँ जी ते बेबी सीटर को बच्चे नहीं छड़े, खुद ही मैं कहा मैं अपने बच्चे पालने हैं, क्योंकि मैं नहीं चाहती मेरे माँ बाप मर गए सी ते सानू रोलना पिया, हाँ जी ते मैं अपने बाप अपने बच्चों को मैं अपने तो परे नहीं करना चाहती, मैं उन्होंने खुद पालिया, हाँ जी हस्बैंड काम करते रहे, किराए ते देते रूम, ते अपने बच्चे बढ़िया पाले है ना, फिर बस हौली हौली ये मेरे डैडी जाने के ब्याह तो बाद वाले डैड हाँ जी उन्होंने डेथ हो गई, तो उस तो बाद फिर ये प्रॉब्लम शुरू हो गई। उन्होंने तो 6 महीने बाद मेरा मेरी भूआ का मुंडा जर्मन तो आया सी, वो मेरे को रहा सी, ओदी डेथ हो गई एक्सीडेंट हो गई, अच्छा जी बस उस तो बाद फिर मेरा डिप्रेशन, फिर मैनू ये प्रॉब्लम बहुत ज्यादा बढ़ी। हाँ अच्छा जी जी हाँ जी हाँ जी, ये ते प्रॉब्लम ये। अज हाँ हाँ जी अज जी आपां जिहड़ी है तुहाडा ये जिहड़ी कहानी तुहाडी बचपन तों लै के हुण तिकर आपां सुणी आ ते हाँ जी इहनूं इदां ही आपां कंटिन्यू रखणा है, करके टाइम भी हुण आपणे कोल थोड़ा ही रहि गया आ, थोड़े मिंट ही हाँ रहि जी गए आ। हाँ जी हाँ जी हाँ ते जी इहनूं आपां इदां ही कंटिन्यू रखूंगे, पार्ट 2 दे विच वी तुहाडी हाँ जी बाकी सारा जो भी आ तुहाडे नाल इत्थे आया ते जो बीते आया चंगा, हाँ जो भी जी तुहाडे एक्सपीरियंस होए आ ते चंगे हाँ माड़े जी जो भी, आपां सारा वो पार्ट 2 दे विच करांगे। ते हाँ तुहाडा जी बहुत बहुत धन्नवाद आ कि तुसीं एक बारी फिर असीं कहिंदे कि तुसीं साडे स्टूडियो 'च कॉल करके जो हाँ जी अपना एक्सपीरियंस दस्या आ ते इहदे हाँ विच भी जी बहुत कुछ सिखण नूं भी मिलदा आ।
ਜੋ ਤੁਸੀਂ ਗੱਲਾਂ ਬਾਤਾਂ ਕੀਤੀਆਂ ਆ ਬਹੁਤ ਕੁਛ ਪਤਾ ਲੱਗਦਾ ਆ। ਕਹਿੰਦੇ ਆ ਕਿ ਦੁਨੀਆਂ ਤੇ ਜਿੱਦਾਂ ਦੁੱਖ ਬਹੁਤ ਆ ਤੇ ਸੁੱਖ ਬਹੁਤ ਆ, ਤੇ ਮੇਰਾ ਦੁੱਖ ਤਾਂ ਮੇਰਾ ਮੇਰੇ ਸੁੱਖ ਤੋਂ ਉੱਤੇ ਕਿਸੇ ਕੋਲ ਨਹੀਂ ਹੈਗਾ। ਪਰ ਨਹੀਂ, ਜਦੋਂ ਆਪਾਂ ਦੂਜਿਆਂ ਨੂੰ ਸੁਣਦੇ ਆ ਤੇ ਇਹ ਜਿਹੜਾ ਆ ਕਹਿੰਦੇ ਇਹ ਘਰ ਘਰ ਦੀ ਕਹਾਣੀ ਆ, ਹਰ ਕਿਸੇ ਦੀ ਆਪਣੀ ਕਹਾਣੀ ਆ, ਹਰ ਕਿਸੇ ਦੀ ਆਪਣੀ ਸਟੋਰੀ ਆ, ਹਰ ਕਿਸੇ ਦਾ ਦੁੱਖ ਤੁਹਾਡੇ ਦੁੱਖ ਨਾਲੋਂ ਵੱਡਾ ਆ। ਹਾਂਜੀ, ਕਿਉਂਕਿ ਮੇਰੀ ਵਿਆਹ ਤੋਂ ਬਾਅਦ ਵਾਲੀ ਮੰਮ ਨੇ ਬਹੁਤ ਜ਼ਿਆਦਾ ਦੁੱਖ ਸਹੇ ਆ, ਉਹਨੇ ਵੀ ਬਹੁਤ, ਅੱਜ ਸ਼ਾਇਦ ਉਹ ਹੁੰਦੇ ਤੋਂ ਰੋ ਰੋ ਕੇ ਤੁਹਾਨੂੰ ਦੱਸਦੇ। ਹਾਂਜੀ, ਉਹਨਾਂ ਨੇ ਬਹੁਤ ਜ਼ਿਆਦਾ ਦੁੱਖ ਸਹੇ ਆ, ਉਹਨਾਂ ਨੇ ਸ਼ਾਇਦ ਆਪਣੇ ਦੁੱਖ ਦੇਖ ਕੇ ਮੈਨੂੰ ਉਹ ਖੁਸ਼ੀ ਦਿੱਤੀ ਆ ਜਿਹੜਾ ਉਹਨਾਂ ਨੂੰ ਨਹੀਂ ਸੀ ਮਿਲੀ। ਬਿਲਕੁਲ, ਤੁਸੀਂ ਸਹੀ ਕਿਹਾ ਹੈ। ਸਭ ਤੋਂ ਵੱਡਾ ਕਾਰਨ ਵੀ ਇਹੀ ਹੁੰਦਾ ਹੈ ਕਿ ਕਹਿੰਦੇ ਜਦੋਂ ਤੁਹਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਹੋਵੇ ਤੇ ਉਹ ਤੁਸੀਂ ਚਾਹੁੰਦੇ ਨੀਗੇ ਕਿ ਤੁਹਾਡੇ ਧੀਆਂ ਪੁੱਤ ਉਹ ਜਿਹੜੀ ਚੀਜ਼ ਆ ਉਹ ਵੀ ਮਹਿਸੂਸ ਕਰਨ, ਤੁਸੀਂ ਉਹ ਪਿਆਰ ਉਹਨਾਂ ਨੂੰ ਸਾਰਾ ਦੇਣਾ ਚਾਹੁੰਦੇ ਆ ਜੋ ਤੁਹਾਨੂੰ ਨਹੀਂ ਮਿਲਿਆ। ਹਾਂਜੀ ਹਾਂਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸੁਖਵਿੰਦਰ ਜੀ। ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ ਅਗਲੇ ਹਫਤੇ ਪਾਰਟ 2 ਦੇ ਵਿੱਚ। ਹਰ ਕਿਸੇ ਕੋਲ ਨੀ ਆਪਣੀ ਕਹਾਣੀ ਕਹਿ ਹੁੰਦੀ, ਕਿਉਂਕਿ ਅਗਲੇ ਨੂੰ ਡਰ ਹੁੰਦਾ ਹੈ ਕਿ ਦੂਜਾ ਬੰਦਾ ਕੀ ਕਹੂਗਾ। ਤੇ ਜਿੱਦਾਂ ਤੁਸੀਂ ਹੁਣ ਗੱਲ ਕਰਦੇ ਆ, ਇਹ ਹੋਰਾਂ ਲੋਕਾਂ ਲਈ ਵੀ ਇਗਜ਼ਾਮਪਲ ਹੋਊਗਾ ਕਿ ਤੁਸੀਂ ਜੋ ਵੀ ਤੁਹਾਡੇ ਅੰਦਰ ਦੁੱਖ ਹੈਗੇ ਤੁਸੀਂ ਉਹਨਾਂ ਨੂੰ ਕਿਸੇ ਦੇ ਨਾਲ ਗੱਲ ਕਰੋ, ਕਿਉਂਕਿ ਜਿੰਨਾ ਤੁਸੀਂ ਇਹ ਗੱਲਾਂ ਨੂੰ ਆਪਣੇ ਅੰਦਰ ਵਿੱਚ ਅੰਦਰ ਰੱਖੋਗੇ ਉਨਾ ਹੀ ਇਹ ਗੱਲਾਂ ਤੁਹਾਨੂੰ ਵਿੱਚੋਂ ਵਿੱਚੋਂ ਖਾਈ ਜਾਓਗੇ ਤੇ ਤੁਹਾਡੇ ਲਈ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਬਹੁਤ ਔਖਾ ਹੋਣਾ ਉਹਦੇ ਲਈ। ਹਾਂਜੀ, ਮੈਂ ਵੀ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਹਾਡੇ ਕੋਲ ਕੋਈ ਦੁੱਖ ਹੈ, ਆਪਾਂ ਤੁਸੀਂ ਚਲੋ ਤੁਸੀਂ ਨਹੀਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਕਿਸੇ ਨੂੰ ਦੱਸ ਸਕਦੇ, ਕਈ ਵਾਰ ਤੁਹਾਡੇ ਕੋਲ ਇਦਾਂ ਦੀ ਫਰੈਂਡਸ਼ਿਪ ਨਹੀਂ ਹੁੰਦੀ, ਪਰ ਗੱਲ ਜ਼ਰੂਰ ਕਰੋ, ਕਿਉਂਕਿ ਇਹ ਮੁੜ ਕੇ ਬਾਅਦ ਵਿੱਚ ਇਹ ਬਿਮਾਰੀ ਬਣ ਜਾਂਦੀ ਆ ਬਹੁਤ ਹੀ ਖਤਰਨਾਕ, ਜਿਹੜੀ ਨਾ ਕਿਸੇ ਨੂੰ ਦਿਸਦੀ ਆ ਤੇ ਨਾ ਕੋਈ ਦੇਖ ਸਕਦਾ। ਦੇਖਣ ਵਾਲਾ ਬੰਦਾ ਕਹਿਣਾ ਇਹ ਇਨਸਾਨ ਬਿਲਕੁਲ ਠੀਕ ਆ, ਇਹ ਪਖੰਡ ਕਰਦੇ ਆ ਇਹ ਆ, ਪਰ ਨਹੀਂ, ਜਿਹੜੀ ਡਿਪਰੈਸ਼ਨ ਬਿਮਾਰੀ ਆ ਉਹ ਵਰਸਟ ਥਿੰਗ ਇਨ ਦਾ ਵਰਲਡ ਆ, ਉਹ ਜਿਹੜੀ ਸਭ ਤੋਂ ਭੈੜੀ ਬਿਮਾਰੀ ਆ ਇਹ। ਹਾਂਜੀ ਬਿਲਕੁਲ ਸਹੀ ਕਿਹਾ ਹੈ ਜੀ ਤੁਸੀਂ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ। ਤੇ ਕਿਰਨ, ਹੁਣ ਆਪਾਂ ਵੀ ਰਹਿ ਗਏ ਥੋੜੇ ਮਿੰਟ ਹੀ, ਤੇ ਹਾਂਜੀ ਅਸੀਂ ਵੀ ਚੱਲਦੇ ਹਾਂ ਤੇ ਤੁਹਾਨੂੰ ਮਿਲਦੇ ਹਾਂ ਅਗਲੇ ਹਫ਼ਤੇ ਜੀ। ਹਾਂਜੀ, ਸ਼ੁਕਰੀਆ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮਿਲਦੇ ਹਾਂ ਜੀ ਤੁਹਾਨੂੰ ਅਗਲੇ ਹਫ਼ਤੇ, ਇਸੇ ਕਹਾਣੀ ਨੂੰ ਆਪਾਂ ਜਾਰੀ ਰੱਖਾਂਗੇ, ਕੰਟੀਨਿਊ ਰੱਖਾਂਗੇ ਤੇ ਦੇਖਾਂਗੇ ਕਿ ਸੁਣਾਂਗੇ ਕਿ ਸੁਖਵਿੰਦਰ ਕੌਰ ਜੀ ਦੇ ਜ਼ਿੰਦਗੀ ਦੇ ਵਿੱਚ ਉਹ ਇੱਥੇ ਜਦੋਂ ਆਏ ਸੀਗੇ ਉਦੋਂ ਉਹਨਾਂ ਨੂੰ ਕੀ ਮੁਸ਼ਕਲਾਂ ਆਈਆਂ ਅਤੇ ਕਿਹੋ ਜਿਹੀ ਉਹਨਾਂ ਨੇ ਜ਼ਿੰਦਗੀ ਇੱਥੇ ਦੇਖੀ ਆ, ਅਤੇ ਉਹ ਉਹਨਾਂ ਦੀ ਜਵਾਨੀ ਸੁਣਾਂਗੇ ਅਗਲੇ ਹਫ਼ਤੇ। ਅਤੇ ਹੁਣ ਸਾਡਾ ਉਹਨਾਂ ਨੇ ਅਖੀਰ 'ਤੇ ਇੱਕ ਮੈਸੇਜ ਦਿੱਤਾ ਆ ਕਿਰਨ, ਉਹਨਾਂ ਦਾ ਕਹਿਣਾ ਆ ਕਿ ਤੁਹਾਡਾ ਕੋਈ ਵੀ ਅੰਦਰ ਕੋਈ ਗੱਲ ਆ ਉਹਨੂੰ ਤੁਹਾਨੂੰ ਬਾਹਰ ਕੱਢ ਦੇਣੀ ਚਾਹੀਦੀ ਆ, ਬਿਲਕੁਲ ਉਹਨੂੰ ਅੰਦਰ ਨਹੀਂ ਰੱਖਣਾ ਚਾਹੀਦਾ। ਤੇ ਦੂਸਰਾ ਇਹ ਹੈ ਕਿ ਕਈ ਦਫ਼ਾ ਆਪਾਂ ਜਿਹੜੀ ਆ ਗੱਲਾਂ ਬਾਤਾਂ ਆ ਉਹ ਆਪਣੇ ਆਪ ਨਾਲ ਜ਼ਿਆਦਾ ਕਰਦੇ ਹਾਂ, ਬੈਠੇ ਆਪਾਂ ਆਪ ਹੀ ਸਵਾਲ ਕਰੀ ਜਾਂਦੇ ਹਾਂ ਤੇ ਆਪ ਹੀ ਉਹਦੇ ਆਂਸਰ ਦੇਈ ਜਾਂਦੇ ਹਾਂ, ਆਪ ਹੀ ਸਵਾਲ ਕਰੀ ਜਾਂਦੇ। ਤੇ ਕਈ ਇਦਾਂ ਦੇ ਵੀ ਰਿਸ਼ਤੇ ਹੈਗੇ ਜਿਹੜੇ ਜ਼ਿਆਦਾ ਮਤਲਬ ਵੀ ਆ, ਕਈ ਰਿਸ਼ਤਿਆਂ ਦੇ ਵਿੱਚ ਇਦਾਂ ਹੁੰਦਾ ਕਿ ਤੁਸੀਂ ਬਸ ਇੱਕ ਜਣਾ ਆਪਣੀ ਗੱਲਾਂ ਸੁਣਾਈ ਜਾਵੇ ਤੇ ਦੂਜੇ ਬੰਦੇ ਨੂੰ ਗੱਲ ਕਰਨ ਦਾ ਮੌਕਾ ਨਹੀਂ ਦੇਣਾ, ਤੇ ਜਦੋਂ ਤੁਸੀਂ ਕਿਸੇ ਹੋਰ ਨੂੰ ਮੌਕਾ ਨਹੀਂ ਦਿੰਦੇ ਤੁਹਾਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਤੁਸੀਂ ਉਸ ਬੰਦੇ ਨੂੰ ਅੰਦਰੋਂ ਦੁਬਾੜੇ ਆ ਕਿ ਉਹ ਨਹੀਂ ਗੱਲ ਕਰਨ ਲਈ, ਤੇ ਇਹ ਗੱਲ ਨੂੰ ਲੈ ਕੇ ਉਹਨਾਂ ਲਈ ਗਾਂਹ ਜਾ ਕੇ ਕਾਫੀ ਪ੍ਰੋਬਲਮ ਹੋ ਸਕਦੀ ਆ। ਤੇ ਇਸ ਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦੀ ਕਿ ਜੇ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ, ਜੇ ਤੁਸੀਂ ਵੀ ਗੱਲ ਕਰਨਾ ਚਾਹੁੰਦੇ ਆ, ਪਲੀਜ਼ ਪਲੀਜ਼ ਪਲੀਜ਼, ਅਸੀਂ ਚਾਹੁੰਦੇ ਆ ਇਹ ਸ਼ੋਅ ਆਪਾਂ ਤੁਹਾਡੇ ਲਈ ਰੱਖਿਆ, ਆਪਾਂ ਆਪਣੇ ਆਪ ਲਈ ਨਹੀਂ ਰੱਖਿਆ, ਆਪਾਂ ਚਾਹੁੰਦੇ ਕਿ ਤੁਸੀਂ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਨੰਬਰ ਅਤੇ ਤੁਹਾਡਾ ਮੈਸੇਜ ਤੁਸੀਂ ਛੱਡ ਦਿਓ ਅਤੇ ਆਪਾਂ ਤੁਹਾਨੂੰ ਕੋਂਟੈਕਟ ਕਰੂਗੇ ਕਿ ਅਸੀਂ ਚਾਹੁੰਦੇ ਅਸੀਂ ਜਿੰਨੇ ਵੀ ਜ਼ਿਆਦਾ ਲੋਕ ਜਿੰਨਾਂ ਦੇ ਵੀ ਕਹਾਣੀਆਂ ਹੈਗੀਆਂ ਆਪਾਂ ਤੁਹਾਡੀ ਕਹਾਣੀ ਨੂੰ ਅੱਗੇ ਲੈ ਕੇ ਆਈਏ, ਕਿਉਂਕਿ ਆਪਾਂ ਚਾਹੁੰਦੇ ਕਿ ਹਰ ਕਹਾਣੀ ਵਿੱਚ ਕੋਈ ਨਾ ਕੋਈ ਮੈਸੇਜ ਹੁੰਦੀ ਆ ਅਤੇ ਜੋ ਵੀ ਤੁਹਾਡੀ ਕਹਾਣੀ 'ਚੋਂ ਸਿੱਖਿਆ ਮਿਲਦੀ ਆ ਆਪਾਂ ਇਹ ਸਿੱਖਿਆ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਕਿ ਲੋਕ ਸਮਝਣ, ਕਿਉਂਕਿ ਜਿਹੜਾ ਅੱਜ ਦਾ ਦਿਨ ਚੱਲਦਾ ਆ, ਅੱਜ ਦਾ ਜਿਹੜਾ ਟਾਈਮ ਚੱਲਦਾ ਕਾਫੀ ਲੋਕਾਂ ਲਈ ਮਾੜਾ ਚੱਲਦਾ ਟਾਈਮ, ਅਤੇ ਜੇ ਆਪਾਂ ਕਿਸੇ ਸੋਚ ਜਾਂ ਕਿਸੇ ਸਲਾਹ ਨਾਲ ਅੱਗੇ ਤੁਰਾਂਗੇ ਸਾਡੇ ਲਈ ਬੈਟਰ ਹੋ ਸਕਦੀ ਹੈ ਗੱਲ। ਬਿਲਕੁਲ ਸਹੀ ਕਿਹਾ ਕਿ ਜਦੋਂ ਆਪਾਂ ਆਪਣੀ ਸੋਚ ਨੂੰ
ਨੂੰ ਵੀ ਕਿਸੇ ਦੇ ਨਾਲ ਸ਼ੇਅਰ ਕਰਾਂਗੇ ਹਾਂਜੀ ਤੇ ਉਸ ਤੋਂ ਕਿਸੇ ਨੂੰ ਵੀ ਬੈਨੀਫਿਟ ਹੋਊਗਾ ਹਾਂਜੀ ਬਿਲਕੁਲ ਹਾਂਜੀ ਕਿਉਂਕਿ ਜੋ ਤੁਹਾਡੇ ਨਾਲ ਹੋਇਆ ਜੇ ਤੁਸੀਂ ਕਿਸੇ ਨਾਲ ਸਮਝਾਓਗੇ ਤੇ ਤੁਸੀਂ ਦੱਸੋਗੇ ਕਿ ਤੁਹਾਡੀ ਕਹਾਣੀ ਜਾਂ ਤੁਹਾਡੀ ਸੋਚ ਕੀ ਆ ਤੁਸੀਂ ਕਿਤੇ ਨਾ ਕਿਤੇ ਸ਼ਾਇਦ ਕਿਸੇ ਨੂੰ ਕੋਈ ਕੰਮ ਕਰਨ ਤੋਂ ਬਚਾ ਸਕਦੇ ਆ ਹਨਾ ਹਾਂਜੀ ਤੇ ਇਹਦੇ ਨਾਲ ਨਾਲ ਅਸੀਂ ਜਿੱਦਾਂ ਕਿਰਨ ਨੇ ਕਿਹਾ ਹੀ ਆ ਕਿ ਤੁਹਾਡੇ ਕੋਈ ਵੀ ਤੁਹਾਡੀ ਕਹਾਣੀ ਆ ਜੇ ਤੁਸੀਂ ਨਹੀਂ ਵੀ ਆਪਣਾ ਚਿਹਰਾ ਦਿਖਾਉਣਾ ਚਾਹੁੰਦੇ ਤੁਸੀਂ ਨਹੀਂ ਵੀ ਆਪਣਾ ਨਾਮ ਵੀ ਨਹੀਂ ਦੱਸਣਾ ਚਾਹੁੰਦੇ ਜਾਂ ਤੁਸੀਂ ਕੋਈ ਵੀ ਤੁਹਾਨੂੰ ਇਹੋ ਜਿਹਾ ਹੈ ਕਿ ਕਈ ਵਾਰੀ ਆਪਾਂ ਅੱਗੇ ਆ ਕੇ ਆਪਾਂ ਨਹੀਂ ਦੱਸਣਾ ਚਾਹੁੰਦੇ ਕਿ ਇਹ ਮੇਰੀ ਕਹਾਣੀ ਆ ਤੇ ਜ਼ਰੂਰੀ ਨਹੀਂ ਆ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਆ ਆਪਣਾ ਨਾਮ ਛਪਾਉਣਾ ਆ ਕੋਈ ਗੱਲ ਨਹੀਂ ਤੁਸੀਂ ਆਪਣਾ ਨਾਮ ਵੀ ਛਪਾ ਸਕਦੇ ਪਰ ਆ ਕੇ ਪਲੀਜ਼ ਤੁਸੀਂ ਆਪਣਾ ਐਕਸਪੀਰੀਅੰਸ ਆਪਣੀਆਂ ਕਹਾਣੀਆਂ ਜ਼ਰੂਰ ਸ਼ੇਅਰ ਕਰੋ ਤੇ ਇਹਦੇ ਨਾਲ ਹੀ ਹੁਣ ਅਸੀਂ ਚੱਲਦੇ ਹਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਮੇਰੇ ਅਤੇ ਕਿਰਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।